ਗੱਡੀਆਂ ਦਾ ਪੂਰੀ ਪੂਰੀ ਜਗ੍ਹਾ ਵਾ, ਹੈਂ, ਮੁੰਡਾ ਕਹਿੰਦਾ ਬਾਰੀ ਬੰਦ ਨਹੀਂ ਕਰਦਾ, ਵੀ ਬਾਰੀ ਬੰਦ ਕਰ ਦੇ ਚਾਹੇ ਗੱਡੀ ਦੇ ਵਿੱਚ ਬਹਿ ਜਾ, ਵੀ ਮੇਰੀ ਗੱਡੀ ਸੌਖੀ ਲੰਘ ਜਾਓ, ਤੁਹਾਡੀ ਗੱਡੀ ਦੇ ਪਿੱਛੇ ਕੰਡਿਆਂ ਵਾਲੀ ਤਾਰ ਪਈ ਆ, ਉਹਨੂੰ ਚੱਕ ਕੇ ਦਿੱਤਾ ਆਪਣੇ, ਤੁਹਾਨੂੰ ਉਹਦਾ ਫਿਕਰ ਨਾ, ਉਹਦਾ ਫਿਕਰ ਜਦੋਂ ਤੁਸੀਂ ਕੱਪੜੇ ਲਾ ਕੇ ਤੁਸੀਂ ਹਫੜਾ ਦਫੜੀ ਭੱਜਣਾ ਗਰਾਊਂਡ ਨੂੰ, ਤੁਹਾਡੇ ਪੈਰ ਚ ਲੱਗ ਗਿਆ ਨੀ। ਮੇਰੀ ਵਾਈਫ ਦਾ ਨਾਂ ਲਖਵਿੰਦਰ ਆ, ਮੈਂ ਕਿਹਾ ਵੀ ਲਖਵਿੰਦਰ ਐਂ ਨੀ ਕਰਨੀ ਇਹ, ਮੈਂ ਕਿਹਾ ਤੂੰ ਐਂ ਕਰ ਵੀ ਉੱਤੋਂ ਤਾਂ ਚੱਲ ਮੈਂ ਔਖੇ ਸੌਖੇ ਨੇ ਖੜਾਤੀ ਆ, ਵੀ ਥੱਲੋ ਥੱਲੜੀ ਇੱਕ ਘੁੱਟ ਤੂੰ ਫੜ ਲੈ, ਇੱਕ ਮੈਂ ਫੜ ਲੈਣਾ। ਅੱਛਾ, ਤੇ ਆਪਾਂ ਨਾ ਵੀ ਚਲੋ ਜੇ ਹਵਾ ਘੱਟ ਗਈ ਉਦੋਂ ਲਾਵਾਂਗੇ ਇਹਨੂੰ, ਤੇ ਫਿਰ ਅਸੀਂ ਲਾਈ ਪੱਲੀ ਉਹ, ਤੇ ਉਧਰੋਂ ਭਾਵੇਂ ਪੱਲੀ ਲਾਈ ਇਧਰੋਂ ਕੋਟਾ ਚੋਣ ਲੱਗ ਗਿਆ। ਪਰ ਫਿਰ ਅੱਜ ਆਪਣੇ ਨਾਲ ਰੂਪਾ ਭਾਜੀ, ਸਤਿ ਸ਼੍ਰੀ ਅਕਾਲ ਰੂਪੀ ਭਾਜੀ, ਸਾਰਿਆਂ ਨੂੰ ਤੁਹਾਡਾ ਮੇਰੇ ਪਿੰਡੋਂ ਅਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਆ ਜੀ। ਬਾਕੀ ਸਾਰੇ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਲਾਈਕ ਕੀਤਾ, ਪਿਆਰ ਇੰਨਾ ਕੀਤਾ, ਭਾਜੀ ਉਹਨਾਂ ਦਾ ਤਾਂ ਮੈਂ ਰਿਣੀ ਨਹੀਂ। ਅੱਛਾ, ਉਹ ਮੇਰੇ ਮੂੰਹ 'ਚ ਕੋਈ ਸ਼ਬਦ ਨਹੀਂ ਹੈ ਵੀ ਉਹਨਾਂ ਦਾ ਕਿਹੜੇ ਹਿਸਾਬ ਨਾਲ ਸਵਾਗਤ ਕਰਾਂ, ਮੈਂ ਦਿਲੋਂ ਉਹਨਾਂ ਦਾ ਰਿਣੀ ਆ ਜੀ। ਜਿਹੜੇ ਭਰਾਵਾਂ ਨੇ ਚਲੋ ਆਪਾਂ ਨੂੰ ਦੇਖਿਆ ਸੀਗਾ, ਜਿਹੜੇ ਭਰਾਵਾਂ ਨੇ ਨਹੀਂ ਵੀ ਦੇਖਿਆ ਸੀ, ਉਹਨਾਂ ਨੇ ਵੀ ਇੰਨਾ ਮੈਨੂੰ ਪਿਆਰ ਦਿੱਤਾ ਨਾ ਵੀ ਉਹਨਾਂ ਦਾ ਮੈਂ ਬੋਲ ਕੇ ਧੰਨਵਾਦ ਨਹੀਂ ਕਰ ਸਕਦਾ। ਵਾਹਿਗੁਰੂ ਦਾ ਸ਼ੁਕਰ ਕਰਦਾ ਵੀ ਵਾਹਿਗੁਰੂ ਉਹਨਾਂ ਨੂੰ ਇੰਨੀਆਂ ਤਰੱਕੀਆਂ ਬਖਸ਼ੀ ਕਿ ਜਿੰਨਾ ਮੈਨੂੰ ਪਿਆਰ ਦਿੱਤਾ ਉਹ ਲੱਖਾਂ ਪਲੇਅਰਾਂ ਨੂੰ ਪਿਆਰ ਉਹਨਾਂ ਹੀ ਦੇਣ। ਮੈਨੂੰ ਇੰਨਾ ਐਕਸਪੀਰੀਅੰਸ ਹੋਇਆ ਉਹ 'ਚੋਂ ਵੀ ਬਹੁਤ ਜ਼ਿਆਦਾ, ਬਹੁਤ ਹੀ ਜ਼ਿਆਦਾ ਖੁਸ਼ ਹਾਂ। ਮੈਂ ਇੰਨਾ ਪਿਆਰ ਮੈਨੂੰ ਸੋਚ ਹੀ ਨਹੀਂ ਮੈਨੂੰ ਇੰਨਾ ਮਿਲ ਜੂ ਵੀ ਚਲੋ ਬੰਦਾ ਥੱਲੇ ਆ ਜਾਂਦਾ ਸੋਚਦਾ ਨਹੀਂ ਫਿਰ ਵੀ ਇੰਨਾ ਆਪਾਂ ਹੈ ਨਾ ਚਲੇ ਜਾਵਾਂਗੇ ਅੱਗੇ, ਅਤੇ ਭਾਅ ਜੀ ਬਹੁਤ ਪਿਆਰ ਮਿਲਿਆ ਮੈਨੂੰ। ਇੱਕ ਵੀਰ ਦਾ ਨਾ ਕਮੈਂਟ ਆਇਆ ਸੀਗਾ, ਅੱਛਾ ਜੀ, ਕਹਿੰਦਾ ਯਾਰ ਮੈਂ ਰਾਤ ਨੂੰ ਫੋਨ ਕੀਤਾ ਤੇ ਮੈਂ ਰੂਪੇ ਵੀਰ ਨੂੰ ਕਿਹਾ ਮੈਨੂੰ ਆਪਦਾ ਅਕਾਊਂਟ ਨੰਬਰ ਭੇਜ। ਅੱਛਾ ਅੱਛਾ ਜੀ, ਉਹ ਆਪਣੇ ਤੁਸੀਂ ਕਮੈਂਟ ਪੜਿਆ ਸੀ, ਸੱਚੀ ਹੋਈ ਤੁਹਾਡੀ ਗੱਲ ਉਹਨਾਂ ਨਾਲ? ਭਾਅ ਜੀ ਮੇਰੀ ਗੱਲ ਹੋਈ ਸੀ ਫੋਨ ਤੇ ਰਾਤ ਨੂੰ। ਅੱਛਾ, ਤੇ ਚਲੋ ਮੈਂ ਪਿਆ ਹੀ ਸੀਗਾ ਉਦੋਂ, ਤੇ ਵੀਰ ਨੇ ਮੈਨੂੰ ਫੋਨ ਕਰਿਆ, ਤੇ ਚਲੋ ਮੈਂ ਵੀਰ ਨਾਲ ਗੱਲਬਾਤ ਕਰੀ, ਤੇ ਮੈਨੂੰ ਵੀਰ ਕਹਿੰਦਾ ਤੂੰ ਆਪਦਾ ਅਕਾਊਂਟ ਨੰਬਰ ਭੇਜ। ਮੈਂ ਕਿਹਾ ਭਾਜੀ ਸਵੇਰੇ ਭੇਜ ਦੂੰਗਾ, ਵੀ ਹੁਣ ਮੈਨੂੰ ਕਾਪੀ ਕੂਪੀ ਦਾ ਪਤਾ ਹੀ ਨਹੀਂ ਕਿੱਥੇ ਪਈ ਆ, ਜੇ ਆਪਣੇ ਕਿਹੜਾ ਹੈਗਾ ਇਹ ਨਾ ਕਾਪੀ ਕੂਪੀ ਦੀ ਬਾਹਲੀ ਲੋੜ ਆ, ਨਾ ਇੰਨਾ ਹੈਗਾ ਚੱਕਰ ਫੈ ਪੋਹਾਂ ਦਾ ਉਹ 'ਚ। ਮੈਂ ਕਿਹਾ ਭਾਜੀ ਮੈਂ ਤੁਹਾਨੂੰ ਸਵੇਰੇ ਭੇਜ ਦੂੰਗਾ, ਪਰ ਉਹਨਾਂ ਨੇ ਤੁਹਾਨੂੰ ਕਮੈਂਟ ਭੇਜਿਆ ਨਾ ਬਾਅਦ 'ਚ, ਅਤੇ ਬਾਅਦ 'ਚ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਆ, ਬਹੁਤ ਪਿਆਰ ਦਿੱਤਾ। ਹਾਂਜੀ, ਉਹਨਾਂ ਨੇ ਮੈਨੂੰ ਜੋ ਫੋਨ ਆਉਂਦਾ ਵਾ, ਪਹਿਲਾਂ ਮੈਂ ਟੁੱਟ ਗਿਆ ਸੀ ਭਾਜੀ, ਬਿਲਕੁਲ ਟੁੱਟ ਗਿਆ ਮੈਂ। ਚਲੋ ਵਾਹਿਗੁਰੂ ਦੇ ਸ਼ੁਕਰਾਨੇ 'ਚ ਜ਼ਰੂਰ ਰਹਿੰਦੇ ਸੀਗੇ, ਪਰ ਭਾਅ ਜੀ ਤੁਹਾਨੂੰ ਪਤਾ ਹੀ ਆ ਹੈ ਨਾ ਵੀ ਬੰਦਾ ਟੁੱਟ ਜਾਂਦਾ ਜਦੋਂ ਸਾਰੇ ਪਾਸਿਓਂ ਬੰਦੇ ਨੂੰ ਮਾਰ ਪੈ ਜੇ ਨਾ, ਅਤੇ ਬੰਦਾ ਟੁੱਟ ਜਾਂਦਾ ਉਦੋਂ। ਭਾਅ ਜੀ ਹੁਣ ਜਦੋਂ ਮੈਨੂੰ ਫੋਨ ਇੱਕ ਦਿਨ ਤਾਂ ਨਾ ਵੀਡੀਓ ਤੋਂ ਬਾਅਦ 'ਚ ਭਾਅ ਜੀ ਸੁਬਹਾ 3 ਵਜੇ ਫੋਨ ਆਉਣ ਲੱਗ ਗਿਆ ਭਾਅ ਜੀ, ਉੱਧਰੋਂ ਮੈਂ ਆਪਦੀ ਗੱਡੀ ਲੈ ਕੇ ਜਾਣੀ ਸੀ, ਅਤੇ ਉੱਧਰੋਂ ਹੁਣ ਆਪਾਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਭਾਅ ਜੀ ਫੋਨ ਹੈ ਨਾ ਕੱਟੋ, ਮੈਂ ਤਾਂ ਤੁਰਨਾ ਵਾਂ। ਚਲੋ ਮੈਂ ਕਿਵੇਂ ਨਾ ਕਿਵੇਂ ਸਾਰੇ ਵੀਰਾਂ ਨਾਲ ਕਾਲ 'ਤੇ ਗੱਲ ਕੀਤੀ, ਅਤੇ ਭਾਅ ਜੀ ਮੈਨੂੰ ਐਂ ਲੱਗੇ ਵੀ ਮੈਨੂੰ ਪਤਾ ਹੀ ਨਹੀਂ ਕੀ ਚੀਜ਼ ਮਿਲ ਗਈ ਆ। ਅੱਛਾ, ਵੀ ਮੈਨੂੰ ਕੋਈ ਸਨਮਾਨ ਤਾਂ ਬਹੁਤ ਵੱਡਾ ਹੋ ਗਿਆ, ਜਦੋਂ ਵੀ ਕਿਸੇ ਦਾ ਫੋਨ ਆਵੇ ਮੇਰੇ ਅੱਖਾਂ 'ਚ ਪਾਣੀ ਆ ਜੇ ਵੀ ਖੁਸ਼ੀ ਨਾਲ ਹੀ, ਵੀ ਮੈਨੂੰ ਪਤਾ ਨਹੀਂ ਕੀ ਅੱਜ ਪਿੰਦਰ ਵੀਰ ਦਾ ਸਨਮਾਨਿਤ ਕੀਤਾ, ਬਹੁਤ ਤਹਿ ਦਿਲ ਹੋ ਜਾਣੀ ਆ। ਪਰ ਭਾਅ ਜੀ ਉਹ ਵੀ ਮੈਨੂੰ ਸਨਮਾਨ ਮਿਲੇ ਆ, ਉਹ ਸਨਮਾਨ ਆ, ਫੋਨ ਫੋਨ ਨਹੀਂ ਆਏ ਗਏ, ਉਹ ਸਨਮਾਨ ਆਏ ਆ ਮੈਨੂੰ। ਹਾਂ ਭਾਅ ਜੀ ਪਤਾ ਹੀ ਨਹੀਂ ਭਾਅ ਜੀ, ਮੈਂ ਸੁਪਨੇ 'ਚ ਵੀ ਨਹੀਂ ਉਹ ਬੰਦੇ ਬੰਦਿਆਂ 'ਤੇ ਜਾਣਾ ਸੀਗਾ ਜਾਂ ਆਉਣਾ ਸੀ ਹੈ ਨਾ,
ਤੇ ਉਹਨਾਂ ਨਾਲ ਮੇਰੀ ਵੀਡੀਓ ਕਾਲ ਤੇ ਗੱਲ ਹੋਵੇ, ਮੈਨੂੰ ਗੱਲ ਬਾਅਦ ਚ ਕਰਨੀ ਨਾ ਆਵੇ, ਮੈਨੂੰ ਐਂ ਲੱਗਿਆ ਵੀ ਭਾਜੀ ਮੈਨੂੰ ਕੋਈ ਸਨਮਾਨ ਕਰੀ ਜਾਂਦਾ ਵੀ ਹੁਣ ਮੈਂ ਕੀ ਬੋਲਾਂ। ਮੈਂ ਕਹਿੰਦਾ ਤਾਂ ਕਿਹਾ ਭਾਜੀ ਮੈਂ, ਭਾਜੀ ਮੈਂ ਕਿਹਾ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਵੀ ਮੈਂ ਤੁਹਾਡਾ ਧੰਨਵਾਦ ਜ਼ਰੂਰ ਕਰਦਾ। ਮੈਨੂੰ ਇੰਨੀ ਖੁਸ਼ੀ ਹੋਈ ਫੋਨਾਂ ਦੀ, ਮੈਂ ਯਾਰ ਵਾਹਿਗੁਰੂ ਨੇ ਕਿੰਨੀ ਕਿਰਪਾ ਕਰਤੀ ਆਪਣੇ 'ਤੇ। ਭਾਜੀ ਹੁਣ ਨਿਆਣਾ ਆਪਣੀ ਭਰਾਵਾਂ ਨੇ ਬਾਂਹ ਫੜੀ ਆ, ਹੁਣ ਨਹੀਂ ਆਪਾਂ ਨੂੰ ਟੈਨਸ਼ਨ। ਇਹ ਸਨਮਾਨ ਆ ਸਭ ਤੋਂ ਵੱਡੇ ਵੀ ਜਦੋਂ ਉਹਨਾਂ ਨੇ ਕਿਹਾ ਵੀਡੀਓ ਕਾਲ ਕਿਸੇ ਨੇ ਕਰੀ, ਕਿਸੇ ਨੇ ਦੂਜੀ ਕਾਲ ਕਰੀ, ਬਾਹਰੋਂ ਬਹੁਤ ਫੋਨ ਆਏ ਭਾਜੀ। ਅੱਛਾ, ਅਤੇ ਫਿਰ ਮੇਰਾ ਇੰਨਾ ਹੌਸਲਾ ਵੱਧ ਗਿਆ, ਮੈਂ ਕਿਹਾ ਪੈਸੇ ਟਕੇ ਜੋ ਵੀ ਸੁਣ, ਹੈ ਨਾ ਉਹ ਤਾਂ ਬਾਅਦ ਦੀਆਂ ਗੱਲਾਂ। ਜਦੋਂ ਬੰਦੇ ਨੇ ਕਹਿਤਾ ਨਾ ਭਾਜੀ ਦਿਲ ਨਾ ਛੱਡ ਤੇਰੇ ਨਾਲ ਆ, ਮੈਂ ਕਿਹਾ ਮੈਨੂੰ ਐਂ ਲੱਗਦਾ ਜੀ ਮੈਨੂੰ ਕੋਈ ਚੀਜ਼ ਸਨਮਾਨ ਮਿਲ ਗਈ ਆ, ਮਿਲ ਚੁੱਕਾ ਵਾ। ਇੱਕ ਕਮਰੇ ਆਹੀ ਆ ਦੋ ਤੇਰੇ ਕੋਲ? ਹਾਂਜੀ ਭਾਜੀ ਇਹੀ ਆ ਦੋਨੇ ਆਪਣੇ ਕੋਲ ਕਮਰੇ। ਅੱਛਾ, ਹਾਂਜੀ ਹਾਂਜੀ ਭਾਜੀ। ਅਤੇ ਭਾਜੀ ਹੁਣ ਤਾਂ ਚਲੋ ਉਹ ਬਾਰੀ ਵੀ ਲੱਗ ਗਈ, ਵਾਹਿਗੁਰੂ ਨੇ ਲਵਾ ਤੀ ਹੈ ਨਾ, ਬਾਰ ਵੀ ਲੱਗ ਗਏ ਦੋਨਾਂ ਕਮਰਿਆਂ ਨੂੰ। ਭਾਜੀ ਪਹਿਲਾਂ ਤਾਂ ਉਹ ਬਾਰੀ ਵੀ ਨਹੀਂ ਹੈਗੀ ਸੀਗੀ, ਫਿਰ ਬਾਰ, ਫਿਰ ਇਹ ਚਲੋ ਮੇਰੇ ਸਹੁਰਿਆਂ ਨੇ ਨਾ ਆਪਦੇ ਕੋਲੋਂ ਉੱਥੋਂ ਪੁਰਾਣੇ ਲੈ ਕੇ। ਅੱਛਾ, ਅਤੇ ਮੇਰੇ ਦੋ ਉਹ ਬਾਰ ਲਾਤਾ ਅਤੇ ਉਹ ਬਾਰੀ ਲਾਤੀ। ਭਾਜੀ ਪਹਿਲਾਂ ਨਾ ਇੱਥੇ ਨਾ ਪੱਲੀ ਜਿਹੀ ਲੱਗੀ ਹੁੰਦੀ ਸੀ ਬਾਰੀ 'ਚ, ਅਤੇ ਬਾਰ ਵੀ ਹੈਣੀ ਸੀ। ਭਾਜੀ ਇੱਕ ਵਾਰੀ ਨਾ ਭਾਜੀ ਮੀਂਹ ਹਨੇਰੀ ਬਹੁਤ ਆਇਆ, ਅਤੇ ਭਾਜੀ ਤੁਹਾਨੂੰ ਪਤਾ ਪੱਲੀ ਕਿੱਥੇ ਖੜ੍ਹਦੀ ਮੀਂਹ 'ਚ, ਅਤੇ ਭਾਜੀ ਅੰਦਰ ਬੱਚੇ ਪਏ ਅਤੇ ਪੱਲੀ ਨਾ ਮੀਂਹ ਦਾਤੀ ਮੀਂਹ ਨੇ ਹਨੇਰੀ ਨੇ, ਅਤੇ ਸਾਰਾ ਅੰਦਰ ਮੀਂਹ ਵਾਛੜ ਜਾਵੇ ਜਵਾਕਾਂ 'ਤੇ। ਫਿਰ ਜਵਾਕਾਂ ਨੂੰ ਭਾਜੀ ਪਰਾਂ ਗੁੱਠ ਜਿਹੀ 'ਚ ਜਾਣੀ ਕਿ ਮੰਜੇ 'ਤੇ ਪਾਇਆ ਅਤੇ ਸੁੱਤੇ ਪਏ ਸੀਗੇ। ਅਸੀਂ ਦੋਨਾਂ ਨੇ ਰਾਤ ਨੂੰ ਅੱਧੀ ਰਾਤ ਅਤੇ ਉਹ ਉੱਧਰਲੀ ਗੁੱਠ ਤੋਂ ਪੱਲੀ ਫੜੇ, ਉੱਧਰੋਂ ਮੈਂ ਲਾਵਾਂ ਮੇਖ ਉੱਧਰੋਂ ਉੱਡ ਜੇ, ਇੱਧਰ ਲਾਵਾਂ ਇੱਧਰੋਂ ਉੱਡ ਜੇ। ਅਤੇ ਭਾਜੀ ਬੜੀ ਪਰੇਸ਼ਾਨੀ ਹੋਈ, ਅਸੀਂ ਨਾ ਦੋਨਾਂ ਨੇ ਜਾਣੀ ਕਿ ਮੰਨ ਲਓ ਮੀਂਹ 'ਚ ਹੀ ਖੜ੍ਹੇ ਰਹੇ ਪੱਲੀ ਫੜ ਕੇ, ਲੱਗਦੀ ਨਹੀਂ ਸੀ ਹਨੇਰੀ ਬਾਹਲੀ ਸੀ। ਹੁਣ ਜਵਾਕਾਂ 'ਤੇ ਮੀਂਹ ਪੈਂਦਾ ਸੀ, ਉਹਨਾਂ ਨੇ ਤਾਂ ਉੱਠ ਕੇ ਰੋਣਾ ਸੀਗਾ। ਅਤੇ ਫਿਰ ਮੈਂ ਕਿਹਾ ਵੀ ਮੇਰੀ ਵਾਈਫ ਦਾ ਨਾਂ ਲਖਵਿੰਦਰ ਆ, ਮੈਂ ਕਿਹਾ ਵੀ ਲਖਵਿੰਦਰ ਐਂ ਨਹੀਂ ਖੜ੍ਹਨੀ ਇਹ, ਮੈਂ ਕਿਹਾ ਤੂੰ ਐਂ ਕਰ ਵੀ ਉੱਤੋਂ ਤਾਂ ਚੱਲ ਮੈਂ ਔਖੇ ਸੌਖੇ ਨੇ ਖੜਾਤੀ ਆ, ਵੀ ਥੱਲੋ ਥੱਲੜੀ ਇੱਕ ਗੁੱਠ ਤੂੰ ਫੜ ਲੈ ਇੱਕ ਮੈਂ ਫੜ ਲੈਣਾ। ਅੱਛਾ, ਅਤੇ ਆਪਾਂ ਨਾ ਵੀ ਚਲੋ ਜੇ ਹਵਾ ਘੱਟ ਗਈ ਉਦੋਂ ਲਾਵਾਂਗੇ ਇਹਨੂੰ। ਅਤੇ ਫਿਰ ਅਸੀਂ ਲਾਈ ਪੱਲੀ ਉਹ, ਅਤੇ ਉੱਧਰੋਂ ਪੱਲੀ ਲਾਈ ਉੱਧਰੋਂ ਕੋਟਾ ਚੋਣ ਲੱਗ ਗਿਆ ਯਾਰ। ਅਤੇ ਮੈਂ ਕਿਹਾ ਚਲੋ ਮੈਂ ਕਿਹਾ ਦੋ ਵਾਹਿਗੁਰੂ ਕਰਦਾ ਨਾ, ਪਰ ਆਪਾਂ ਭਾਜੀ ਉਹਦੇ ਸ਼ੁਕਰਾਨੇ 'ਚ ਹੀ ਰਹੇ ਹਾਂ। ਮੈਂ ਕਿਹਾ ਵੀ ਦਾਤਾ ਆਪਣੇ 'ਤੇ ਕਿਹੜੀ ਭੀੜ ਆ, ਕਲਗੀਆਂ ਵਾਲੇ 'ਤੇ ਦੇਖੋ ਹੈ ਨਾ। ਸਹੀ ਗੱਲ, ਜਿਹੜੇ ਖੁਦ ਰੱਬ ਸੀਗੇ ਉਹਨਾਂ ਨੇ ਬਿਨਾਂ ਛੱਤ ਤੋਂ ਹੀ ਮਾਛੀ ਵਾਲੇ ਦੇ ਜੰਗਲਾਂ 'ਚ ਉਹ ਪਏ ਹੈ ਨਾ, ਅਤੇ ਆਪਣੇ ਤਾਂ ਸਿਰ 'ਤੇ ਛੱਤ ਹੈ ਤਾਂ ਟੈਪ ਟੈਪ ਹੀ 'ਚ ਆਉਂਦੀ ਆ, ਇਹਦਾ ਇਹ ਕਿੱਡੀ ਗੱਲ ਆ। ਫਿਰ ਮੈਂ ਵਾਹਿਗੁਰੂ ਦੇ ਸ਼ੁਕਰਾਨੇ 'ਚ ਰਹੇ। ਫਿਰ ਭਾਜੀ ਅਸੀਂ ਫਿਰ ਚਲੋ ਮੇਰੇ ਸਹੁਰਾਂ ਨੇ ਨਾ ਇਹ ਕਰਤਾ, ਮੈਨੂੰ ਆਹ ਲਿਆਤੀ ਬਾਰੀ ਜੀ। ਅੱਛਾ, ਅਤੇ ਚੱਲ ਮੈਂ ਹੀ ਲਾ ਲਈ। ਫਿਰ ਨਾ ਬਾਥਰੂਮ ਸੀਗਾ ਜਿਵੇਂ ਆਹ ਆਪਣਾ ਨੀਵਾਂ ਜਿਹਾ ਨਹੀਂ ਆ ਥਾਂ ਜਿਹਾ ਇਹਦਾ ਇੱਧਰ, ਹਾਂ ਜਿੱਥੇ ਬੂਟੇ ਲਾਏ ਮੇਰੇ, ਅਤੇ ਬੂਟੇ ਬਾਟੇ ਲਾਉਣ ਦਾ ਮੈਨੂੰ ਸ਼ੌਂਕ ਆ। ਅਤੇ ਫਿਰ ਭਾਜੀ ਬਾਥਰੂਮ ਵੀ ਹੈ ਨਾ, ਕੰਧ ਨਿੱਕੀ ਨਿੱਕੀ ਸੀਗੀ, ਮੇਰੀ ਵਾਈਫ ਨੇ ਵਿਚਾਰੀ ਨੇ ਨਾ ਭਾਜੀ ਉਹ 'ਚ ਵੀ ਬਹੁਤ ਸੈਦਕਾ, ਫਿਰ ਉਹਨੇ ਨਾ ਇੱਥੇ ਮੰਜਾ ਖੜ੍ਹਾ ਕਰ ਲੈਣਾ ਮੂਹਰੇ, ਅਤੇ ਮੰਜਾ ਖੜ੍ਹਾ ਕਰਕੇ ਉੱਤੇ ਕੱਪੜਾ ਜਿਹਾ ਪਾ ਕੇ ਵਿਚਾਰੀ ਨੇ ਨਹਾਉਣਾ, ਅਤੇ ਲੈਟਰਿਨ ਬਾਥਰੂਮ ਚਲੋ ਬਾਹਰ ਜਾਣਾ। ਅਤੇ ਪਰ ਆਪਾਂ ਵਾਹਿਗੁਰੂ ਦੇ ਸ਼ੁਕਰਾਨੇ 'ਚ ਰਹੇ ਹਾਂ, ਅਤੇ ਅੱਜ ਤਾਂ ਉਹਨੇ ਆਪਣੀ ਅੱਜ ਕੰਧ ਵੀ ਵੇਲਾ ਕਿੱਡੀ ਕਿੱਡੀ ਹੈ ਨਾ, ਅਤੇ ਬਾਰੀ ਲੱਗ ਗਈ ਬਾਹਰ ਵੀ ਲੱਗ ਗਿਆ, ਬਸ ਸੈੱਟ ਆ ਕੰਮ। ਰੇਸ਼ਮ ਅੱਜ ਵੀ ਹੁੰਦਾ ਸ਼ਾਇਦ ਮੈਂ ਬੱਸ ਨਾ ਚਲਾਉਂਦਾ ਹੁੰਦਾ।
ਮੈਨੂੰ ਇੰਨਾ ਕੁ ਹੈਗਾ ਵਾ। ਅੱਛਾ ਹਾਂਜੀ, ਉਹ ਤੇ ਇੰਨਾ ਮੈਨੂੰ ਮਾਣ ਸੀਗਾ ਵੀ ਉਹ ਅੱਜ ਹੁੰਦਾ ਮੈਂ ਬੱਸਾਂ 'ਤੇ ਨਾ ਧੱਕੇ ਖਾਂਦਾ ਫਿਰਦਾ, ਗੇਮ ਖੇਡਦਾ ਹੁੰਦਾ ਜ਼ਰੂਰ। ਉਹ ਪਲੇਅਰ ਦੀ ਇੰਨੀ ਕਦਰ ਕਰਦਾ ਸੀਗਾ ਆਪਦੇ ਨਾਲ ਦੇ ਪਲੇਅਰ ਦੀ। ਅਤੇ ਭਾਅ ਜੀ ਉਹ ਪਲੇਅਰ ਵੀ ਡਾਊਨ ਹੋਣ ਵਾਲਾ ਪਲੇਅਰ ਨਹੀਂ ਸੀਗਾ। ਅੱਛਾ, ਜਿਵੇਂ ਵੀ ਆਪਾਂ ਕਹਿ ਦਿੰਦੇ ਪਲੇਅਰ ਦੋ ਸੀਜ਼ਨ ਖੇਡ ਕੇ ਡਾਊਨ ਹੋ ਗਿਆ, ਉਹ ਡਾਊਨ ਵਾਲਾ ਹੋਣ ਵਾਲਾ ਪਲੇਅਰ ਨਹੀਂ ਸੀਗਾ, ਉਹਨੂੰ ਕੁਦਰਤ ਨੇ ਫਰੈਸ਼ਤਾ ਬਣਾ ਕੇ ਭੇਜਿਆ ਸੀਗਾ। ਜਿਵੇਂ ਹੁਣ ਆਪਾਂ ਜੀਵਨ ਨੂੰ ਕਹਿ ਦਿੰਦੇ ਅਜੂਬਾ ਵਾ, ਅਜੂਬਾ ਭਾਅ ਜੀ ਉਹ ਅਜੂਬਾ ਹੀ ਸੀ ਕਬੱਡੀ ਦਾ। ਫਿਰ ਕਬੱਡੀ ਤੋਂ ਉਹਦੇ ਨਾਲ ਕੋਈ ਰੇਡਰ ਹੈਗਾ ਚਾਹੇ ਨਹੀਂ ਹੈਗਾ, ਉਹਨੂੰ ਦਿਮਾਗ 'ਚ ਨਹੀਂ ਲਿਆਉਣੀ ਵੀ ਮੇਰੇ ਨਾਲ ਰੇਡਰ ਹੈਗਾ ਵਾ ਕਬੱਡੀ ਪਾਉਣ ਨੂੰ। ਹਾਂਜੀ ਟੂਰਨਾਮੈਂਟ 'ਤੇ ਜਾਣਾ, ਚਲੋ ਵੀ ਰੇਡਰ ਹੈਗਾ ਤਾਂ ਠੀਕ ਆ, ਨਹੀਂ ਹੈਗਾ ਤਾਂ। ਮੈਂ ਨਹੀਂ ਭਾਅ ਜੀ ਉਹਨੂੰ ਦੇਖਿਆ ਸੀ, ਸਾਡੇ ਪਲੇਅਰ ਸੀਗੇ ਕਈ ਵਿੱਚ, ਮੈਂ ਬਹੁਤ ਥੱਕ ਗਿਆ ਵਾ। ਅੱਛਾ ਭਾਅ ਜੀ ਉਹ ਤਾਂ ਪਤਾ ਨਹੀਂ ਵੀ ਵਾਹਿਗੁਰੂ ਨੇ ਕੀ ਉਹ 'ਚ ਹੈ ਨਾ ਭਰਿਆ ਸੀਗਾ। ਮੈਂ ਤਾਂ ਅੱਜ ਤੱਕ ਉਹਦੇ ਮੂੰਹ ਸੁਣਿਆ ਹੀ ਨਹੀਂ, ਮੈਂ ਅੱਜ ਮੈਂ ਇੰਨੀਆਂ ਕੌਡੀਆਂ ਪਤਾ ਮੈਂ ਥੱਕ ਗਿਆ, ਜਮਾਂ ਨਹੀਂ ਉਹਦੇ ਮੂੰਹ ਅੱਜ ਤੱਕ ਸੁਣਿਆ ਸੀ ਮੈਂ। ਭਾਅ ਜੀ ਇੱਕ ਦਿਨ ਮੈਂ ਮੈਚ ਦੱਸਦਾ ਵਾਂ, ਸ਼ਾਇਦ ਚੱਕ ਬਖਤੂ ਦਾ ਮੈਚ ਆ ਭਾਅ ਜੀ। ਮੈਂ, ਬਾਈ ਅਮਰੂ, ਬਗੀਚਾ ਬਾਈ ਅਤੇ ਸ਼ਿੰਦਰ ਮੁੰਡਾ, ਅਸੀਂ ਚਾਰੇ ਸੈੱਟ 'ਚ ਸੀਗੇ। ਅਤੇ ਨਿੰਦੂ ਮੁੰਡਾ ਜਿਹੜਾ ਹੁਣ ਦੁਨੀਆਂ 'ਚ ਨਹੀਂ ਰਿਹਾ, ਬਹੁਤ ਵਧੀਆ ਪਲੇਅਰ ਸੀਗਾ, ਰੇਸ਼ਮ ਉਸਤਾਦ ਕੌਡੀਆਂ ਪਾਉਂਦਾ ਸੀ ਭਾਅ ਜੀ। ਸਾਡੇ ਚੀਮਾ ਜੋਧਪੁਰ ਨਾਲ ਮੈਚ ਆ ਗਿਆ। ਅੱਛਾ, ਅਤੇ ਚਲੋ ਜੀ ਚੱਲ ਪਿਆ ਮੈਚ ਭਾਅ ਜੀ, 15-15 ਕਬੱਡੀਆਂ ਦਾ ਮੈਚ ਸੀਗਾ। ਚੀਮਾ ਜੋਧਪੁਰ 'ਚ ਡਾਕਟਰ ਕਾਲੋਕਿਆਂ ਵਾਲਾ ਖੇਡਦਾ ਸੀ, ਸਾਡੇ ਨਾਲ ਬਾਈ ਅਮਰੂ ਖੇਡਦਾ ਸੀ ਭਾਅ ਜੀ। ਉਹਨਾਂ ਦੇ 7.5 ਸਾਡੀ 0। ਅੱਛਾ, ਅਤੇ ਸਾਡੇ ਸਾਰੇ ਪਲੇਅਰ ਭਾਅ ਜੀ ਮੈਚ ਗਿਆ ਅਤੇ ਬਈ ਉੱਧਰੋਂ ਰੇਸ਼ਮ ਆ ਪੂਰਾ ਆਪਦਾ ਕੌਡੀ ਪਾਈ ਜਾਵੇ ਦਿਮਾਗ ਨਾਲ, ਅਤੇ ਰੇਸ਼ਮ ਨੇ ਨਹੀਂ ਦਿਲ ਛੱਡਿਆ ਭਾਅ ਜੀ। ਭਾਅ ਜੀ ਮੈਂ ਸਾਡੇ ਸੈੱਟ 'ਚੋਂ ਮੈਂ ਨਹੀਂ ਛੱਡਿਆ ਦਿਲ ਬਾਈ, ਹੁਣੇ ਵੀ ਕਹਿਣ ਲੱਗੇ ਮੈਚ ਗਿਆ। ਮੈਂ ਕਿਹਾ ਬਾਈ ਯਾਰ ਇੱਕ ਜੱਫਾ ਲਾਈਏ, ਬਾਈ ਇੱਕ ਲਾਈਏ, ਅਤੇ ਬਈ ਅਮਰੂ ਨੇ ਬਾਈ ਨੇ ਇੱਕ ਜੱਫਾ ਲਾਤਾ। ਅੱਛਾ, ਡਾਕਟਰ ਨੂੰ, ਅਤੇ ਚਲੋ ਬਾਈ ਰੇਸ਼ਮ ਵੀ ਉੱਧਰੋਂ ਭੱਜਿਆ ਆ। ਅਤੇ ਭਾਅ ਜੀ ਦੂਜੀ ਕੌਡੀ ਬਾਈ ਕਹਿੰਦਾ ਲੱਗ ਗਏ ਭਾਅ ਜੀ, ਮੈਂ ਜੱਫਾ ਲਾਤਾ ਡਾਕਟਰ ਨੂੰ ਕਾਲੋਕਿਆਲੇ ਨੂੰ। ਅਤੇ ਭਾਅ ਜੀ ਸਾਡੇ 3 ਹੋ ਗਏ, ਉਹਨਾਂ ਦੇ 7.5, ਉੱਧਰੋਂ ਰੇਸ਼ਮ ਉਸਤਾਦ ਫਿਰ ਭੱਜਿਆ। ਅੱਛਾ ਹਾਂਜੀ ਭਾਅ ਜੀ, ਫਿਰ ਉਦੋਂ ਬਾਅਦ ਬਗੀਚੇ ਨੇ ਜੱਫਾ ਲਾਤਾ ਭਾਅ ਜੀ, ਸਾਡੇ 6 ਹੋ ਗਏ, ਉਹਨਾਂ ਦੇ 7.5 ਭਾਅ ਜੀ। ਐਂ ਮੈਚ ਚੱਲ ਪਿਆ, ਚਲੋ ਚੱਲੀ ਗਿਆ ਮੈਚ। ਅਸੀਂ ਇੱਕ ਬਾਅਦ 'ਚ ਜੱਫਾ ਫਿਰ ਬਣਾਤਾ, ਮੈਚ ਬਰਾਬਰ ਕਰਤਾ ਭਾਅ ਜੀ। ਲਾਸਟ ਕੌਡੀ 'ਤੇ ਜੈਥਰ ਭਾਅ ਜੀ, ਰੇਸ਼ਮ ਉਸਤਾਦ ਨੇ ਮਾਰਿਆ ਟੱਚ, ਭੱਜਿਆ ਆ। ਚੀਮਾ ਜੋਧਪੁਰ ਦਾ ਸੈੱਟ ਬਹੁਤ ਤਕੜਾ ਸੀ, ਕਈ ਮੇਲੇ ਤਾਂ ਡਾਕਟਰ ਨੇ ਜੱਫਾ ਹੀ ਨਹੀਂ ਖਾਧਾ ਸੀ, ਆਪਦੇ ਮੂੰਹੋਂ ਬੋਲ ਕੇ ਦੱਸਿਆ, ਕਹਿੰਦਾ ਮੈਨੂੰ ਅੱਜ ਜੱਫੇ ਪਏ ਦੋ, ਕਹਿੰਦਾ ਮੈਨੂੰ ਨਹੀਂ, ਘੱਟੋ ਘੱਟ 15 ਦਿਨ ਹੋ ਗਏ ਜੱਫਾ ਨਹੀਂ ਪਿਆ। ਪਲੇਅਰਾਂ ਨੂੰ ਬੇਨਤੀ ਮੈਂ ਇਹੀ ਕਰਦਾ ਵੀ ਦਿਲ ਨਾ ਛੱਡੋ, ਬਸ਼ੱਕ ਤੁਹਾਡੀ 0 ਆ, ਮੂਰਲੀ ਟੀਮ ਦੇ 10 ਨੰਬਰ ਆ, ਜ਼ੋਰ ਮਾਰੋ, ਲਾਸਟ ਕੌਡੀ ਆ, ਪਤਾ ਨਹੀਂ ਕਿੱਧਰ ਨੂੰ ਚੁੱਕ ਜਾਣਾ। ਆਪਣੇ ਆਪ 'ਚ ਕੌਨਫੀਡੈਂਸ ਰੱਖੋ, ਕੌਨਫੀਡੈਂਸ ਰੱਖੋ ਗਰਾਊਂਡ 'ਚ ਜਾਣ ਦਾ, ਮਾਨਸਿਕ ਤੌਰ 'ਤੇ ਨਾ ਡਾਊਨ, ਮਾਨਸਿਕ ਤੌਰ 'ਤੇ ਜੋ ਪਲੇਅਰ ਡਾਊਨ ਹੋ ਗਿਆ ਸਰੀਰ ਪੱਖੋਂ ਤਾਂ ਡਾਊਨ ਹੋ ਜਾਣਾ ਉਹਨੇ। ਰੂਪੇ ਭਾਈ ਮੈਨੂੰ ਇਹ ਲੱਗਦਾ ਜਾਂ ਮੈਨੂੰ ਕਿਤੋਂ ਪਤਾ ਲੱਗਾ ਸੀਗਾ ਵੀ ਸੰਦੀਪ ਦੋਦੇ ਵਾਲਾ ਵੀ ਮਿਹਨਤ ਕਰਦਾ ਰਿਹਾ। ਹਾਂਜੀ ਭਾਅ ਜੀ, ਜਦੋਂ ਸੰਦੀਪ 75 ਖੇਡਦਾ ਸੀ, ਜਦੋਂ ਰੇਸ਼ਮ ਬਾਹਰੋਂ ਆ ਗਿਆ, ਅਤੇ ਸੰਦੀਪ ਦੋਦੇ ਵਾਲਾ ਇੱਕ ਉਹਦੇ ਨਾਲ ਮੁੰਡਾ ਲਵਲੀ ਹੁੰਦਾ ਸੀ ਭਾਅ ਜੀ, ਇੱਥੇ ਰਹਿੰਦੇ ਰਹੇ ਆ। ਫਿਰ ਇੱਥੇ ਉਸਤਾਦ ਕੋਲ ਬਹੁਤ ਮਿਹਨਤ ਕੀਤੀ ਉਹਨਾਂ ਨੇ, ਫਿਰ ਭਿੰਡਰੀਆਂ ਸੀ, 75 ਕਿਲੋ ਖੇਡੇ ਸੀ, ਖੀਰਾਂ ਵਾਲ ਦੀ ਟੀਮ ਆਈ ਸੀ, ਸਾਰੇ ਸੀ ਉਹਨਾਂ ਦੇ, ਅਤੇ ਉਹ ਹਰਾਈ। ਫਿਰ ਬਹੁਤ ਚੰਗੀਆਂ ਚੰਗੀਆਂ ਟੀਮਾਂ, ਸਰਾਵਾਂ ਹਰਾਈ ਅਤੇ ਖਾਰਾ ਹਰਾਈ,
ਅਤੇ ਹੋਰ ਬਹੁਤ ਚੰਗੀਆਂ ਚੰਗੀਆਂ ਟੀਮਾਂ ਹਾਰਾਈਆਂ ਸੀ ਅਤੇ ਉਸਤਾਦ ਕੋਡੀ ਪਾਉਂਦਾ ਸੀ ਅਤੇ ਹਾਂ ਸੰਦੀਪ ਹੁਣੀ ਇੱਥੇ ਮਿਹਨਤ ਕਰਦੇ ਰਹੇ ਉਹਦੇ ਕੋਲ ਫਿਰ ਇੱਥੇ ਰਹੇ ਸੰਦੀਪ 75 ਕਿਲੋ ਖੇਡਦਾ ਸੀ ਜਦੋਂ ਇਹ ਓਪਨ 'ਚ ਇਹਨੇ ਇੱਕ ਮੂਹਣਾ 'ਤੇ ਕੋਡੀ ਪਾਈ 75 ਸੀ ਇਹਨੇ ਇੱਥੋਂ ਸ਼ੁਰੂਆਤ ਫਿਰ ਹੋਈ ਇਹਦੀ ਹਾਂ ਫਿਰ ਜਾਣੀ ਕਿ ਬਹੁਤ ਵਧੀਆ ਕੋਡੀ ਪਾਈ ਸੀ ਸੰਦੀਪ ਨੇ ਸੰਦੀਪ ਤੁਹਾਨੂੰ ਪਰਸਨਲੀ ਕਿੱਦਾਂ ਦਾ ਪਲੇਅਰ ਲੱਗਦਾ ਕਿਉਂਕਿ ਤੁਸੀਂ ਉਹਨੂੰ ਨੇੜੇ ਤੋਂ ਦੇਖਿਆ ਹੋਇਆ ਭਾਅ ਜੀ ਜਿੱਦਾਂ ਮੈਂ ਮੰਗੀ ਉਸਤਾਦ ਦਾ ਨਾਂ ਲਿਆ ਹੈ ਨਾ ਉਹ ਤਾਂ ਚਲੋ ਇਨਸਾਨ ਵੀ ਬਹੁਤ ਵਧੀਆ ਵਾ ਅਤੇ ਪਲੇਅਰ ਤਾਂ ਚਲੋ ਆਪਾਂ ਉਹਨਾਂ ਦੀ ਤਾਰੀਫ ਕਰ ਹੀ ਨਹੀਂ ਸਕਦੇ ਭਾਅ ਜੀ ਕਬੱਡੀ 'ਚ ਮੈਂ ਰੇਡਰ ਰੇਸ਼ਮ ਉਸਤਾਦ ਤੋਂ ਮਗਰੋਂ ਸੰਦੀਪ ਨੂੰ ਮੰਨਦਾ ਅੱਛਾ ਹਾਂਜੀ ਵੀ ਜਿਹੜੀ ਕਬੱਡੀ ਉਹਦੇ 'ਚ ਆ ਬਈ ਉਹ ਮੈਨੂੰ ਹੋਰ ਕਿਸੇ 'ਚ ਦੇ ਅੱਛਾ ਸਾਰੇ ਪਲੇਅਰਾਂ ਦੀ ਮੈਂ ਐਂ ਨਹੀਂ ਸਾਰੇ ਪਲੇਅਰ ਵਧੀਆ ਵਾ ਚਲੋ ਕੋਈ ਗੌਣ ਹੁੰਦਾ ਹਰੇਕ ਬੰਦੇ 'ਚ ਸਾਰੇ ਪਲੇਅਰ ਕਬੱਡੀ ਵਧੀਆ ਖੇਡਦੇ ਆ ਪਰ ਜਿਹੜਾ ਉਹਦੇ 'ਚ ਕੋਈ ਆਪਾਂ ਨੂੰ ਚੀਜ਼ ਦਿੰਦੀ ਆ ਮੈਨੂੰ ਹੋਰ ਪਲੇਅਰ 'ਚ ਨਹੀਂ ਦੱਸਦੀ ਬਹੁਤ ਹੀ ਬੰਦਾ ਤਕਨੀਕੀ ਬਹੁਤ ਹੀ ਦਿਮਾਗੀ ਬੰਦਾ ਉਹ ਬੰਦੇ ਭਾਅ ਜੀ ਉਹਨਾਂ ਨੂੰ ਗੋਡ ਗਿਫਟ ਆ ਕਬੱਡੀ 'ਚ ਉਹ ਬੰਦੇ ਚਲੋ ਬੰਦਾ ਕਿਸੇ ਕਾਰਨ ਕਈ ਵਾਰੀ ਥੋੜ੍ਹਾ ਮਾੜਾ ਵੀ ਹੋ ਜਾਂਦਾ ਆ ਹੀ ਜਾਂਦੀਆਂ ਦਿੱਕਤਾਂ ਭਾਅ ਜੀ ਪਰ ਉਹ ਮਾੜੇ ਹੋ ਕੇ ਵੀ ਕਬੱਡੀ ਮਾੜੀ ਨਹੀਂ ਖੇਡ ਸਕਦੇ ਸਰੀਰ ਪੱਖੋਂ ਮਾੜੇ ਹੋ ਕੇ ਕਬੱਡੀ ਨਹੀਂ ਮਾੜੀ ਖੇਡ ਸਕਦੇ ਕਬੱਡੀ ਉਵੇਂ ਹੀ ਖੇਡਣਗੇ ਕਬੱਡੀ ਉਹਨਾਂ ਦੇ ਖੂਨ 'ਚ ਆ ਕਬੱਡੀ ਭਾਅ ਜੀ ਪਲੇਅਰ ਦੇ ਸਰੀਰ 'ਚ ਨਹੀਂ ਹੁੰਦੀ ਪਲੇਅਰ ਦੇ ਮੰਨ ਲਾ ਖੂਨ 'ਚ ਕਬੱਡੀ ਆ ਪਲੇਅਰ ਦੇ ਦਿਮਾਗ 'ਚ ਵੜੀ ਹੋਈ ਆ ਕਬੱਡੀ ਜਿਹੜੇ ਸਿੱਖੇ ਆ ਜਿਹੜੇ ਸਿੱਖ ਕੇ ਆਏ ਆ ਉਹਨਾਂ ਨੇ ਤਾਂ ਆਪਦਾ ਕੰਮ ਕਰ ਜਾਣਾ ਵਾ ਸਹੀ ਗੱਲ ਆ ਅਤੇ ਜਿਹੜੇ ਹੁਣ ਮੇਰੇ ਵਰਗੇ ਸਿੱਖ ਕੇ ਨਹੀਂ ਆਏ ਹੈ ਨਾ ਉਹਨਾਂ ਨੇ ਤਾਂ ਫਿਰ ਉੱਥੇ ਹੀ ਉਹਨਾਂ ਨੇ ਤਾਂ ਕਹਿਣਾ ਬੋਡੀ ਬਣਾਈਏ ਮਤਲਬ ਵੇਖ ਕਬੱਡੀ ਖੇਡੀ ਜਾਊ ਹਾਂ ਸੱਚ ਭਾਈ ਮੈਨੂੰ ਯਾਦ ਆ ਗਿਆ ਕਿ ਕਹਿੰਦੇ ਇੰਦਰਜੀਤ ਭਾਈ ਨਾਲ ਵੀ ਤੁਹਾਡੀ ਵੀਡੀਓ ਕਾਲ 'ਤੇ ਗੱਲ ਹੋਈ ਭਾਅ ਜੀ ਉਹ ਬੜੀ ਦੱਸੋ ਸਟੋਰੀ ਭਾਅ ਜੀ ਇਹ ਆਪਣਾ ਬਿੰਦੀ ਜਨੇਤਪੁਰੇ ਤੋਂ ਅਤੇ ਉਹਨਾਂ ਉਹਦੀ ਮੈਨੂੰ ਕਾਲ ਆਈ ਆ ਫੋਨ ਵੀਡੀਓ ਕਾਲ ਆ ਅਤੇ ਜਾਣੀ ਉਹਨੇ ਮੈਨੂੰ ਭਾਅ ਜੀ ਨਾਲ ਉੱਦਾਂ ਮੇਰੀ ਗੱਲ ਨਹੀਂ ਹੋਈ ਭਾਅ ਜੀ ਇੰਦਰਜੀਤ ਬਾਈ ਅਤੇ ਕਾਲਾ ਤਨੋਂ ਲੈਲਾ ਅਤੇ ਬਿੰਦੀ ਜਾਣੀ ਇਹ ਬੈਠੇ ਇਹਨਾਂ ਨੇ ਮੇਰੀ ਵੀਡੀਓ ਪਸੰਦ ਕੀਤੀ ਬਹੁਤ ਬਾਅਦ 'ਚ ਬਿੰਦੀ ਬਾਈ ਨੇ ਫੋਨ ਕਰਿਆ ਮੈਨੂੰ ਵੀਡੀਓ ਕਾਲ ਕੀਤੀ ਕਹਿੰਦਾ ਬਾਈ ਹੁਣੀ ਪੁੱਛਦੇ ਵੀ ਕਿੱਦਾਂ ਦਾ ਸੀਗਾ ਮੁੰਡਾ ਕਹਿੰਦਾ ਸ਼ਾਇਦ ਇੰਦਰਜੀਤ ਦਾ ਭਾਣਜਾ ਵਾ ਬਿੰਦੀ ਦੇ ਨਾਲ ਹੀ ਆ ਫਿਰ ਉਹਨਾਂ ਨੇ ਮੇਰੇ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਅਤੇ ਉਹ ਜਾਣੀ ਕਿ ਉਹਨੂੰ ਪੁੱਛਦਾ ਵੀ ਮੁੰਡਾ ਕਿੱਦਾਂ ਦਾ ਸੀਗਾ ਫਿਰ ਬਿੰਦੀ ਨੇ ਉਹਨੂੰ ਦੱਸਿਆ ਕਹਿੰਦਾ ਵੀ ਬਾਹਲਾ ਤਾਂ ਨਹੀਂ ਮੈਂ ਕੁਛ ਕਹਿ ਸਕਦਾ ਵੀ ਜਦੋਂ ਐਂ ਪੂਰੇ ਸਿੰਗ ਫਸੇ ਹੁੰਦੇ ਸੀ ਕੁੰਡੀਆਂ ਦੇ ਵੀ ਉਦੋਂ ਚੱਫਾ ਲਾਉਂਦਾ ਜੀ ਮੈਨੂੰ ਬਾਈ ਬਹੁਤ ਚੰਗਾ ਲੱਗਾ ਮੈਂ ਕਿਹਾ ਯਾਰ ਵੀ ਚਲੋ ਆਪਾਂ ਨੂੰ ਹੈ ਨਾ ਬਿੰਦੀ ਉਹਨਾਂ ਨੂੰ ਆਪਣੀ ਚਲੋ ਗੇਮ ਦੇਖੀ ਆ ਫਿਰ ਹੀ ਬਾਈ ਹੈ ਨਾ ਐਡੇ ਐਡੇ ਬੰਦਾ ਹੁਣ ਕਾਲੇ ਹੋਣੀ ਇੰਦਰਜੀਤ ਹੋਣੀ ਬਹੁਤ ਉਤਲੇ ਲੈਵਲ ਦੇ ਪਲੇਅਰ ਆ ਭਾਅ ਜੀ ਉਹਨਾਂ 'ਚ ਮੇਰੀ ਗੱਲਾਂ ਹੋਈਆਂ ਹੈ ਨਾ ਉਹਨਾਂ ਨੇ ਮੇਰੀ ਵੀਡੀਓ ਨੂੰ ਲਾਈਕ ਕੀਤਾ ਭਾਅ ਜੀ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਭਾਅ ਜੀ ਉਹ ਜਿਹੜੇ ਹੁਣ ਤੁਸੀਂ ਮੈਚ ਦੀ ਗੱਲ ਕਰਦੇ ਪਏ ਆ ਵੀ ਜਿੱਥੇ ਜ਼ਿਆਦਾ ਮੈਚ ਫਸਿਆ ਸੀ ਵੀ ਤੁਸੀਂ ਉਹ 'ਤੇ ਜੱਫਾ ਲਾਇਆ ਹੋਵੇ ਕੋਈ ਮੈਚ ਚੇਤੇ ਆ ਤੁਹਾਨੂੰ ਭਾਅ ਜੀ ਇੱਕ ਮੈਚ ਸਾਡੇ ਨਾ ਇੱਥੇ ਪੰਡੋਰੀ ਹੋਇਆ ਸੀਗਾ ਮੈਚ ਤਾਂ ਭਾਅ ਜੀ ਬਹੁਤ ਆ ਚਲੋ ਮੇਨ ਜੇ ਮੈਂ ਤੁਹਾਨੂੰ ਮੈਂ ਦੱਸਦਾ ਵਾਂ ਇੱਕ ਪੰਡੋਰੀ ਮੈਚ ਹੋਈ ਸਾਡਾ ਜੋਗੇ ਵਾਲੇ ਨਾਲ ਮੈਚ ਸੀ ਪੱਪੂ ਹੋਣਾ ਨਾਲ ਹਾਂਜੀ ਅਤੇ ਭਾਅ ਜੀ ਕਿਸੇ ਪਾਸੇ ਨਾ ਦੋਨੇ ਪਾਸੇ ਕੋਈ ਜੱਫਾ ਨਾ ਪੱਪੂ ਤੇ ਖਣੀ 1600 ਇੱਦਾਂ ਕੁਛ ਲੱਗਾ 1600 ਖਣੀ 1800 ਖਣੀ 1600 ਰੁਪਈਆ ਹਾਂਜੀ ਉਦੋਂ ਹਾਂ ਅਤੇ ਚਲੋ ਵੀ ਸਾਡੇ ਤੋਂ ਕਿਸੇ ਪਲੇਅਰ ਤੋਂ ਨਾ ਜੱਫਾ ਲੱਗਾ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਮੈਨੂੰ ਲੱਗਣ ਦੇ ਮੈਂ ਲੱਗਦਾ ਅਤੇ ਭਾਅ ਜੀ ਮੈਂ ਪੱਪੂ ਨੂੰ ਇੱਕ ਜੱਫਾ ਲਾਇਆ ਉਸੇ ਨੰਬਰ 'ਤੇ ਜਿੱਤ ਹਾਰ ਸੀ ਅਤੇ ਫਿਰ ਇੱਕ ਭਾਅ ਜੀ ਮੈਚ ਸ਼ੂਸ਼ਕ ਦਾ ਮੈਨੂੰ ਯਾਦ ਆ
ਸਾਡੇ ਨਾਲ ਬਾਗੀ ਖੇਡਦਾ ਸੀ ਪਰਮਜੀਤਪੁਰੇ ਵਾਲਾ, ਆਪਣੇ ਨਾਲ ਬਹੁਤ ਪਿਆਰ ਸੀ ਬਾਈ ਦਾ, ਬਹੁਤ ਵਧੀਆ ਰੇਟ, ਬਹੁਤ ਵਧੀਆ, ਬਹੁਤ ਵਧੀਆ ਰੇਟ ਸੀ, ਵਧੀਆ ਨਹੀਂ ਬਾਹਲਾ ਹੀ ਜ਼ਿਆਦਾ ਵਧੀਆ ਸੀ। ਅਤੇ ਸਾਡੇ ਨਾਲ ਬਾਗੀ ਸੀਗਾ ਸਾਡਾ, ਫਿਰ ਉੱਥੇ ਟੀਮਾਂ ਭਾਅ ਜੀ ਚੋਲਾ ਸਾਹਿਬ ਖੀਰਾਂ ਵਾਲੀ ਮੋਟਰਸਾਈਕਲ ਸੀਗਾ ਉਦੋਂ, ਇਸ 16-16 ਦੀ ਗੱਲ ਹੋ ਗਈ, 16-17 ਦੀ। ਅਤੇ ਭਾਅ ਜੀ ਕਿਉਂ ਕਹਿਣਾ, ਮੈਚ ਸਾਡਾ ਸੈਮੀ ਮੈਚ, ਸਾਡੇ ਨਾਲ ਨਿੰਦੂ ਰੇਡਰ ਸੀਗਾ ਅਤੇ ਬਾਗੀ ਸੀਗਾ ਸ਼ਾਇਦ। ਅਤੇ ਭਾਅ ਜੀ ਕਿਉਂ ਕਹਿਣਾ, ਮੈਚ ਕਿਸੇ ਪਾਸੇ ਕੋਈ ਜੱਫਾ ਨਾ, ਅੱਛਾ ਮੈਚ ਚੱਲ ਪਿਆ ਭਾਅ ਜੀ, ਲਾਸਟ 'ਤੇ ਦੋ ਹੀ ਜੱਫੇ ਉੱਧਰ, ਦੋ ਹੀ ਮੈਂ ਲਾਏ, ਅਸੀਂ ਅੱਧੇ 'ਤੇ ਜਿੱਤ ਗਏ। ਬਾਗੀ ਬਾਈ ਬਹੁਤ ਖੁਸ਼ ਹੋਇਆ, ਕਹਿੰਦਾ ਰੂਪੇ ਨੇ ਮੈਚ ਜਿਤਾ ਤਾ। ਉਹ ਮੈਚ ਮੈਨੂੰ ਯਾਦ ਆ, ਮੈਂ ਦੋ ਜੱਫੇ ਉਹਦੇ 'ਚ ਲਾਏ ਸੀਗੇ। ਅਤੇ ਫਿਰ ਭਾਅ ਜੀ ਯੋਧਾ ਦਾ ਟੂਰਨਾਮੈਂਟ ਬਹੁਤ ਤਕੜਾ ਹੋਇਆ ਸੀ, 2010 ਦੀ ਗੱਲ ਆ ਇਹ। ਅਤੇ ਉੱਥੇ ਭਾਅ ਜੀ ਬਹੁਤ ਟੀਮਾਂ ਆਈਆਂ ਸੀ, 110 ਟੀਮਾਂ ਸੀ ਭਾਅ ਜੀ ਉੱਥੇ। ਅਤੇ ਸਾਡੇ ਬੰਦੇ ਕਹਿੰਦੇ ਵੀ ਅੱਜ ਕੰਮ ਭਾਰਾ, ਅੱਜ ਨਹੀਂ ਆਪਣੇ ਤੋਂ ਜਿੱਤਿਆ ਜਾਣਾ। ਅਤੇ ਚਲੋ ਵਾਹਿਗੁਰੂ ਦੀ ਇੰਨੀ ਮਿਹਰ ਹੋਈ ਭਾਅ ਜੀ, ਅਸੀਂ 4 ਹੀ ਜਾਫੀ, 2 ਰੇਡਰ ਨਿੰਦਰ ਅਤੇ ਗੋਰੀ ਭਾਅ ਜੀ, ਵਾਹਿਗੁਰੂ ਦੀ ਮਿਹਰ ਨਾਲ ਸਾਡੀ ਸਾਰੀਆਂ ਟੀਮਾਂ ਹਰਾਤੀਆਂ। ਸਾਡਾ ਝਨੇਰ ਨਾਲ ਮੈਚ ਲੱਗਾ ਸੀ ਦਲਬੋਰਾ ਨਾਲ, ਉਹ ਮੈਚ ਮੈਂ 2 ਜੱਫੇ ਲਾਏ ਭਾਅ ਜੀ। ਉਸਤਾਦ ਨੇ ਇੰਨਾ ਆਪਾਂ ਨੂੰ ਸਿਖਾਇਆ ਜੀ, ਬਾਅਦ 'ਚ ਅਸੀਂ ਕਈ ਵਾਰੀ ਨਹੀਂ ਜੱਫਾ ਲੱਗਦਾ, ਮੈਂ ਆਪਦੇ ਸੀਨੀਅਰ ਪਲੇਅਰਾਂ ਨੂੰ ਵੀ ਕਹਿ ਦੇਣਾ ਵੀ ਬਾਈ ਜੇ ਆਪਾਂ ਇੱਧਰੋਂ ਐਂ ਨੂੰ ਲੈ ਜਾਈਏ ਵੀ ਆਪਾਂ ਇਹਨੂੰ ਜੱਫਾ ਲਾ ਦਾਂਗੇ। ਚਲੋ ਪਤਾ ਨਹੀਂ ਉਹਨਾਂ ਨੂੰ ਕਿੱਦਾਂ ਮੇਰੇ 'ਚ ਦੀਂਦਾ ਸੀ ਕੁਛ, ਉਹ ਵੀ ਮੇਰੀ ਮੰਨ ਲੈਂਦੇ ਸੀ, ਮੈਂ ਨਹੀਂ ਕਹਿੰਦਾ। ਉਹਨਾਂ ਨੇ ਕਹਿੰਦਾ ਚੱਲ ਜਿੱਧਰ ਨੂੰ ਤੇਰਾ ਜੀ ਕਰਦਾ ਲੈ ਚੱਲ ਭਾਅ ਜੀ ਆਪਾਂ, ਮੈਂ ਕਹਿੰਦਾ ਬਾਈ ਆਪਾਂ ਆਹ ਦਾਵਾ ਮਾਰ ਗਏ ਬੰਦੇ ਨੂੰ ਫੜ ਲਵਾਂਗੇ। ਭਾਅ ਜੀ ਇਹ ਸਾਡੇ ਨਾਲ ਬਹੁਤ ਟੂਰਨਾਮੈਂਟਾਂ 'ਤੇ ਹੋਈ, ਪਰ ਚਲੋ ਆਪਣੀ ਉਹ ਵੀ ਮੰਨ ਲੈਂਦੇ ਸੀ। ਮੈਂ ਕਹਿੰਦਾ ਬਾਈ ਮੈਚ ਫਸਿਆ, ਜੱਫਾ ਨਹੀਂ ਲੱਗਦਾ, ਬਾਈ ਆਪਾਂ ਇੱਦਾਂ ਕਰਕੇ ਇੱਧਰ ਨੂੰ ਚੱਲੀਏ, ਐਂ ਆਹ ਦਾਵਾ ਮਾਰ ਗਏ ਬਾਈ ਜੱਫਾ ਲਾ ਦਾਂਗੇ। ਭਾਅ ਜੀ ਬਹੁਤ ਟੂਰਨਾਮੈਂਟ 'ਤੇ ਇਹੋ ਚੀਜ਼ ਹੋਈ ਸਾਡੇ ਨਾਲ। ਕਹਿਣ ਦਾ ਭਾਵ ਵੀ ਜਿਹੜੇ ਹੁੰਦੇ ਨਵੇਂ ਪਲੇਅਰ ਆ, ਹਾਂਜੀ, ਉਹ ਜੇ ਤੁਹਾਨੂੰ ਕੋਈ ਗਰਾਊਂਡ ਦੇ ਵਿੱਚ ਸਲਾਹ ਦਿੰਦੇ, ਉਹਨਾਂ ਦੀ ਮੰਨ ਲੈਣੀ ਚਾਹੀਦੀ। ਬਿਲਕੁਲ ਬਿਲਕੁਲ ਹਾਂਜੀ, ਹੈ ਨਾ, ਬਿਲਕੁਲ ਮੰਨਣੀ ਚਾਹੀਦੀ ਆ। ਹਰੇਕ ਪਲੇਅਰ ਨੂੰ ਜਦੋਂ ਖੇਡਦੇ ਆ ਸੈੱਟ ਲਾ ਕੇ ਭਾਅ ਜੀ, ਚਾਰੇ ਪਲੇਅਰ ਇੱਕ ਦੂਜੇ ਨੂੰ ਪੜ੍ਹਦੇ ਹੋਣ। ਹੁਣ ਕਈ ਪਲੇਅਰਾਂ, ਕਈ ਕਹਿ ਦਿੰਦੇ ਆ ਕੰਪਿਊਟਰ 'ਤੇ ਜਾ ਆਫਲਾਈਨ ਚੱਲਦੀ ਇਹਨਾਂ ਦੀ, ਇੱਦਾਂ ਸੁਣਿਆ ਮੈਂ, ਜਿੱਦਾਂ ਸਿੱਪੀ ਹੋਣੀ ਚੱਲਦੇ ਸੀ। ਹਾਂ ਜਿੱਦਾਂ ਸਿੱਪੀ ਹੋਣੀ ਭਾਅ ਜੀ, ਉਹਦਾ ਗੱਲਾਂ ਉਹਨਾਂ ਦੀਆਂ ਗਾਂਹ ਦੀਆਂ ਭਾਅ ਜੀ। ਉਹ ਕਿਉਂ ਸੀਗਾ, ਉਹ ਨਾਲ ਦੇ ਪਲੇਅਰਾਂ ਨੂੰ ਖਿਡਾਉਂਦੇ ਸੀ, ਇਹ ਨਹੀਂ ਸੀਗਾ ਵੀ ਖਿਡਾਉਂਦੇ ਨਹੀਂ ਸੀ, ਉਹ ਮੈਚ ਨਹੀਂ ਖੇਡਦੇ ਸੀ, ਮੈਚ ਨਹੀਂ ਖੇਡਦੇ, ਸਰਕਲ ਬਣਾ ਕੇ ਖੇਡਦੇ। ਇੱਕ ਦੂਜੇ ਨੂੰ ਪੜ੍ਹਦੇ ਸੀਗੇ ਵੀ ਇੱਥੇ ਗਿਆ ਇਹਨੇ ਲੱਗ ਜਾਣਾ, ਇੱਥੇ ਗਿਆ ਮੈਂ ਲੱਗ ਜਾਣਾ, ਐਂ ਸੈੱਟ ਤੋਰਨਾ। ਉਹ ਤਾਂ ਕਹਿ ਚੱਲਦੀ ਸੀ ਕੰਪਿਊਟਰ 'ਤੇ ਜਾ ਆਫਲਾਈਨ ਉਹਨਾਂ ਦੀ, ਉਹ ਇੱਕ ਦੂਜੇ ਨੂੰ ਖਿਡਾਉਂਦੇ ਸੀ। ਹੁਣ ਕਈ ਪਲੇਅਰ ਦੱਸਦੇ ਆ ਵੀ ਆਪਦੇ 'ਤੇ ਨਿਰਭਰ ਰਹਿੰਦੇ ਆ, ਮੇਰੇ 'ਤੇ ਆ ਮੈਂ ਫੜੂ, ਮੇਰੇ 'ਤੇ ਉਹ, ਉਦੋਂ ਬਹੁਤ ਖੱਜਲ ਹੁੰਦੇ ਪਲੇਅਰ ਉਹ। ਭਾਅ ਜੀ ਚੈਨ ਲੱਗੀ ਚਾਰਾਂ ਦੀ, ਤੁਸੀਂ ਕਿਹੜਾ ਇਕੱਲੇ ਖੜ੍ਹੇ ਹੋ ਜਾਂ ਮੈਂ ਇਕੱਲਾ ਖੜ੍ਹਾ ਵਾਂ। ਹੁਣ ਚੈਨ ਤੁਰੂਗੀ, ਆਪਣਾ ਸੈੱਟ ਘੁੰਮ ਚੱਲੂਗਾ, ਅਤੇ ਫਿਰ ਹਾਂ ਅਤੇ ਇੱਕ ਦੂਜੇ ਨੂੰ ਵੇਖਦੇ ਹੋਵਾਂਗੇ ਵੀ ਇੱਥੇ ਦਾ ਆਹ ਰੇਡਰ ਦਾ ਦਾ ਉਹਦਾ ਦਾ ਬਣੀ ਜਾਂਦਾ, ਉਹਨੂੰ ਉਹਦਾ ਲੱਗੂਗਾ, ਉਹ ਲੱਗੂਗਾ ਵੀ ਪੜੂ, ਫਿਰ ਉਹ ਉਹ ਚੱਲਦੀ ਉਹਨਾਂ ਦੀ, ਜਿਵੇਂ ਸਿੱਪੀ ਹੋਣਾਂ ਦੀ ਚੱਲਦੀ ਸੀ ਚੈਨ, ਦੜਬੇ ਦੀ ਚੈਨ ਕਿੰਨੀ ਚੱਲਦੀ ਸੀ ਉਹ ਭਾਅ ਜੀ ਇੱਕ ਦੂਜੇ ਨੂੰ ਰਾਜਿੰਦਰ ਜੀ ਭਾਅ ਜੀ ਉਹ ਤਾਂ ਚਲੋ ਉਹਨਾਂ ਸੋਰੀ ਉਹਨਾਂ ਦਾ ਤਾਂ ਮੈਂ ਹੁਣ ਯਾਦ ਨਹੀਂ ਨਾ ਆਉਂਦਾ ਭਾਅ ਜੀ, ਉਹਨਾਂ ਨੂੰ ਤਾਂ ਫਰਿਆਦ ਨੂੰ ਭਾਅ ਜੀ ਮੈਂ ਬਹੁਤ ਮੰਨਦਾ ਜਾਫੀ ਭਾਅ ਜੀ, ਫਰਿਆਦ 'ਚ ਜਿਹੜੀ ਕਲਾ ਨਾ
ਉਹ ਵੀ ਜਿਵੇਂ ਸੰਦੀਪ ਚ ਮੈਂ ਤੁਹਾਨੂੰ ਕਿਹਾ ਵਾ ਵੀ ਫਰਿਆਦ ਵੀ ਇੱਕ ਤੋਹਫਾ ਹੀ ਆ ਵੀ ਵਿਅਤ ਦੇ ਹਿਸਾਬ ਨਾਲ ਆਪਾਂ ਕਹਿ ਸਕਦੇ ਬਾਹਲਾ ਵੀ ਜਿਵੇਂ ਹਨਾ ਹਾਈਟ ਪੱਖੋਂ ਜਾਂ ਸਰੀਰ ਪੱਖੋਂ ਤੇ ਫਿਰ ਪਲੇਅਰਾਂ ਨੂੰ ਭਾਅ ਜੀ ਉਹ ਜੇ ਪਲੇਅਰਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਵੀ ਇਹ ਕਿਵੇਂ ਖੇਡੀ ਜਾਂਦੇ ਆ ਕੀ ਕਰਦੇ ਹੋਣਗੇ ਵੱਡੀ ਵੱਡੇ ਪਲੇਅਰ ਨੂੰ ਤਾਂ ਆਪਾਂ ਕਹਿ ਦਿੰਦੇ ਭਾਅ ਜੀ ਇਹਦੀ ਹਾਈਟ ਬਾਹਲੀ ਵੱਡੀ ਇਹ ਤਾਂ ਫੜ ਲੈਂਦਾ ਹੁਣ ਫਰਿਆਦ ਹੋਣੀ ਦੇਖ ਲਓ ਭਾਅ ਜੀ ਉਹ ਤਾਂ ਇੱਕ ਨਗਮੇ ਹੀ ਆ ਨਾ ਦੁਨੀਆਂ ਤੇ ਤੇ ਉਹਨੂੰ ਮੈਂ ਬਹੁਤ ਜਾਫੀ ਮੇਨ ਮੈਂ ਫਰਿਆਦ ਨੂੰ ਮੰਨਦਾ ਵਾਂ ਵੀ ਵਾਕਈ ਯਾਰ ਵੀ ਜਿਹਨੂੰ ਕੌਡੀ ਦਾ ਪਤਾ ਵਾ ਵੇਖ ਲਓ ਭਾਅ ਜੀ ਕਿੱਦਾਂ ਬੰਦੇ ਵੱਡੇ ਵੱਡੇ ਪਲੇਅਰਾਂ ਨੂੰ ਹਨਾ ਫੜ ਲੈਂਦਾ ਇੰਦਰਜੀਤ ਬਾਈ ਜਦੋਂ ਉਹਨਾਂ ਦੀ ਚੈਨ ਲੱਗੀ ਹੁੰਦੀ ਆ ਤੇ ਵੇਖ ਲਾ ਉਹਨਾਂ ਦੀ ਚੈਨ 'ਤੇ ਹੁਣ ਮਾੜੇ ਤੇਰੇ ਬੰਦੇ ਦਾ ਕੰਮ ਥੋੜ੍ਹਾ ਕੌਡੀਆਂ ਪਾਉਣੀਆਂ ਸਹੀ ਗੱਲ ਜਦੋਂ ਫਰਿਆਦ 'ਤੇ ਇੰਦਰਜੀਤ ਖੜ੍ਹ ਜਾਂਦੇ ਆ ਇੰਦਰਜੀਤ ਬਾਈ ਵੀ ਬਹੁਤ ਵਧੀਆ ਖੇਡਦਾ ਰੂਪੇ ਬਾਈ ਪਰਸਨਲੀ ਤੁਹਾਨੂੰ ਨਾ ਕੋਚਾਂ ਦੇ ਵਿੱਚੋਂ ਕਿਹੜਾ ਕੋਚ ਵਧੀਆ ਲੱਗਦਾ ਭਾਅ ਜੀ ਮੈਨੂੰ ਸਭ ਸਿਓਂ ਬਰਾੜ ਪੱਤੋ ਹੀਰਾ ਅੱਛਾ ਪੱਤੋ ਅਕੈਡਮੀ ਦੇ ਕੋਚ ਸੀ ਉਹ ਮੈਨੂੰ ਉਹ ਬਹੁਤ ਚੰਗੇ ਲੱਗਦੇ ਉਹਨਾਂ ਨਾਲ ਕਦੇ ਮੁਲਾਕਾਤ ਹੋਈ ਤੁਹਾਡੀ ਹਾਂਜੀ ਭਾਅ ਜੀ ਮੁਲਾਕਾਤ ਵੀ ਹੋਈ ਆ ਅੱਛਾ ਤੇ ਉਹਨਾਂ ਨਾਲ ਭਾਅ ਜੀ ਮੈਂ ਅਕੈਡਮੀ ਦਾ ਮੈਚ ਵੀ ਖੇਡਿਆ ਵਾਂ ਅਹਿਮਦਗੜ੍ਹ ਮੰਡੀ ਅੱਛਾ ਭਾਅ ਜੀ ਵੀ ਖੇਡਾਂ ਮੈਚ ਇਲਾਕੀ ਆ ਮੈਚ ਬਾਹਲੇ ਨਹੀਂ ਪਰ ਮੈਂ ਭਾਅ ਜੀ ਫਾਈਨਲ ਤਾਈਂ ਮੈਂ ਹਰੇਕ ਮੈਚ 'ਚ ਦੋ ਦੋ ਜੱਫੇ ਲਾਏ ਅੱਛਾ ਅਹਿਮਦਗੜ੍ਹ ਮੰਡੀ ਘਾਹ ਵਾਲਾ ਗਰਾਊਂਡ ਸੀ ਭਾਅ ਜੀ ਮੈਨੂੰ ਘਾਹ ਘੂਹ ਤੋਂ ਨਹੀਂ ਚੱਕਰ ਵੀ ਘਾਹ ਵਾਲਾ ਵਾ ਪੱਕਾ ਵਾ ਮਿੱਟੀ ਵਾਲਾ ਮੈਂ ਉਵੇਂ ਹੀ ਖੇਡਦਾ ਸੀ ਅਤੇ ਹਾਂ ਭਾਅ ਜੀ ਮੈਨੂੰ ਸਾਧੂ ਸਿਓਂ ਬਰਾੜ ਬਹੁਤ ਚੰਗੇ ਲੱਗਦੇ ਭਾਅ ਜੀ ਉਹਨਾਂ ਦੀਆਂ ਨਾ ਗੱਲਾਂ ਜ਼ਿੰਦਗੀ ਸਿਖਾ 'ਚ ਸਿਖਾਉਂਦੀਆਂ ਸੀਗੀਆਂ ਕੌਡੀ ਨਹੀਂ ਸਿਖਾਉਂਦੀਆਂ ਇਹ ਆਪਾਂ ਕਹਿ ਦਈਏ ਕੌਡੀ ਜ਼ਿੰਦਗੀ ਜਿਉਣਾ ਸਿਖਾਉਂਦੀਆਂ ਸੀ ਅੱਛਾ ਵੀ ਜ਼ਿੰਦਗੀ ਕਿਵੇਂ ਜੋਈਂਦੀ ਆ ਭਾਅ ਜੀ ਇੱਕ ਤੁਹਾਨੂੰ ਮੈਂ ਦੱਸਦਾ ਗੱਲ ਅਸੀਂ ਰੌਂਤੇ ਖੇਡਣ ਗਏ ਚਲੋ ਅਸੀਂ ਸਾਰੇ ਖੜ੍ਹੇ ਅਤੇ ਭਾਅ ਜੀ ਸਾਧੂ ਸਿਓਂ ਬਰਾੜ ਆ ਗਏ ਸਾਡੀ ਵੀ ਇੱਦਾਂ ਗੱਡੀ ਖੜ੍ਹੀ ਭਾਅ ਜੀ ਸਿੰਗਲ ਸੜਕ ਸੀਗੇ ਹੈ ਅੱਛਾ ਪੂਰੀ ਪੂਰੀ ਸਾਡੀ ਵੀ ਗੱਡੀਆਂ ਰਾਹ ਹੈਣੀ ਸੀ ਚਲੋ ਅਸੀਂ ਉੱਥੇ ਹੀ ਲਾਤੀ ਰੋਕ ਕੇ ਅਤੇ ਸਾਧੂ ਸਿਓਂ ਬਰਾੜ ਆ ਗਏ ਚਲੋ ਮੈਂ ਵੀ ਦੇਖ ਲਿਆ ਅਸੀਂ ਬਾਹਰ ਨਿਕਲ ਗਏ ਦਲੇ ਪਾਸੇ ਦੀ ਇੱਕ ਮੁੰਡਾ ਭਾਅ ਜੀ ਸੜਕ ਵਾਲੇ ਪਾਸੇ ਸੀ ਨਾ ਸਾਡੇ ਉਹ ਬਾਰੀ 'ਚੋਂ ਐਂ ਬਾਰੀ ਖੋਲ੍ਹ ਕੇ ਅਤੇ ਐਂ ਖੜ੍ਹ ਗਿਆ ਬਾਰੀ ਦੇ ਵਿੱਚ ਹੀ ਅੱਛਾ ਅੱਧੀ ਬਾਰੀ ਖੋਲ੍ਹ ਅੱਧੀ ਬਾਰੀ ਖੋਲ੍ਹ ਕੇ ਜਿਵੇਂ ਮੈਂ ਹੁਣ ਆਹ ਬਾਰੀ ਖੋਲ੍ਹ ਕੇ ਐਂ ਨਿਕਲ ਜਾਂ ਅਤੇ ਇੱਥੇ ਨਾਲ ਹੀ ਖੜ੍ਹ ਜਾਂ ਇੱਧਰ ਦੀ ਐਂ ਉਹ ਲੰਘਦੇ ਆ ਹੁਣ ਚਲੋ ਕੋਚ ਸਾਹਿਬ ਨੇ ਗੱਡੀ ਔਖੀ ਸੌਖੀ ਨੰਘਾਲੀ ਅਤੇ ਗੱਡੀ ਉਹਨਾਂ ਨੇ ਪਾਰਕਿੰਗ ਕਰਕੇ ਆਪਦੀ ਬੜੇ ਠਰੰਮੇ ਵਾਲੇ ਸੀ ਉਹ ਅੱਛਾ ਭਾਅ ਜੀ ਸਾਡੇ ਕੋਲ ਆ ਗਏ ਤੇ ਉਹਨਾਂ ਨੇ ਪਿੱਛੇ ਸਾਡੀ ਗੱਡੀ ਦੇ ਕੰਡਿਆਂ ਵਾਲੀ ਤਾਰ ਪਈ ਸੀ ਅੱਛਾ ਉਹ ਚੱਕੀ ਤੇ ਸਾਨੂੰ ਭਾਅ ਜੀ ਇਹਨਾਂ ਚੀਜ਼ਾਂ ਦਾ ਪਤਾ ਹੀ ਨਾ ਵੀ ਕਿਸੇ ਦੇ ਵੱਜ ਜੂਗੀ ਇਹ ਜਾਂ ਗੱਡੀ ਦੇ ਟਾਇਰ 'ਚ ਵੜ ਜੂਗੀ ਉਹਨਾਂ ਨੇ ਆ ਕੇ ਸਾਡੀ ਗੱਡੀ ਦੇ ਪਿੱਛੋਂ ਭਾਅ ਜੀ ਤਾਰ ਕੰਡਿਆਂ ਵਾਲੀ ਤਾਰ ਚੱਕੀ ਸਾਡੀ ਗੱਡੀ ਦੇ ਪਿੱਛੋਂ ਆ ਗਏ ਤੇ ਚਲੋ ਸਾਡੇ ਕੋਲ ਆ ਗਏ ਮੈਂ ਵੀ ਸਤਿ ਸ਼੍ਰੀ ਅਕਾਲ ਬਾਈ ਕੋਚ ਸਾਹਿਬ ਪੈਰੀਂ ਹੱਥ ਲਾਇਆ ਕਹਿੰਦਾ ਵੀ ਤੁਹਾਡਾ ਪਿੰਡ ਕਿਹੜਾ ਅਸੀਂ ਕਹੀ ਅਹਿਮਦਗੜ੍ਹ ਅੱਛਾ ਅਸੀਂ ਬੜੇ ਹੱਬ ਕੇ ਕਿਹਾ ਜੀ ਅਹਿਮਦਗੜ੍ਹ ਬਰਾੜ ਸਾਹਿਬ ਕਹਿੰਦੇ ਨਹੀਂ ਬਾਈ ਤੁਹਾਡਾ ਪਿੰਡ ਅਹਿਮਦਗੜ੍ਹ ਨਹੀਂ ਅੱਛਾ ਅਸੀਂ ਚੁੱਪ ਕਰਕੇ ਖੜ ਗਏ ਕਹਿੰਦਾ ਤੁਹਾਡਾ ਪਿੰਡ ਆ ਕਮਲੇ ਰਹੂ ਕੇ ਅੱਛਾ ਅਸੀਂ ਚੁੱਪ ਭਾਜੀ ਕੋਚ ਸਾਹਿਬ ਕੀ ਕਹੇ ਉਹਨੇ ਕਹਿੰਦਾ ਯਾਰ ਅਹਿਮਦਗੜ੍ਹ ਦੇ ਤਾਂ ਪਲੇਅਰ ਹੀ ਬੜੇ ਸੂਝਵਾਨ ਵੀ ਬਹੁਤ ਸਿਆਣੇ ਪਲੇਅਰ ਆ ਤੁਸੀਂ ਅਹਿਮਦਗੜ੍ਹ ਦੇ ਨੀ ਤੁਹਾਡਾ ਪਿੰਡ ਕਮਲੇ ਰਹੂ ਕੇ ਆ ਅੱਛਾ ਹਾਂਜੀ ਭਾਜੀ ਅਤੇ ਅਸੀਂ ਚੁੱਪ ਭਾਜੀ ਫਿਰ ਉਹਨਾਂ ਨੇ ਦੱਸਿਆ ਕਹਿੰਦਾ ਵੀ ਗੱਡੀਆਂ ਦਾ ਪੂਰੀ ਪੂਰੀ ਜਗ੍ਹਾ ਵਾ
ਹੈ ਮੁੰਡਾ ਕਹਿੰਦਾ ਬਾਰੀ ਬੰਦ ਨਹੀਂ ਕਰਦਾ ਵੀ ਬਾਰੀ ਬੰਦ ਕਰਦੇ ਚਾਹ ਗੱਡੀ ਦੇ ਵਿੱਚ ਬਹਿ ਜਾ ਵੀ ਮੇਰੀ ਗੱਡੀ ਸੌਖੀ ਲੰਘ ਜੂ ਤੁਹਾਡੀ ਗੱਡੀ ਦੇ ਪਿੱਛੇ ਕੰਡਿਆਂ ਵਾਲੀ ਤਾਰ ਪਈ ਆ ਉਹਨੂੰ ਚੱਕ ਕੇ ਆਪਣੇ ਤੁਹਾਨੂੰ ਉਹਦਾ ਫਿਕਰ ਨਾ ਉਹਦਾ ਫਿਕਰ ਜਦੋਂ ਤੁਸੀਂ ਕੱਪੜੇ ਲਾ ਕੇ ਤੁਸੀਂ ਹਫੜਾ ਦਫੜੀ ਭੱਜਣਾ ਗਰਾਊਂਡ ਨੂੰ ਤੁਹਾਡੇ ਪੈਰ ਚ ਲੱਗ ਗਿਆ ਨੀ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਖਿਆਲ ਸੀ ਭਾਜੀ ਉਹ ਤਾਂ ਬਹੁਤ ਹੀ ਜ਼ਿਆਦਾ ਡੂੰਘਾਈ ਨਾਲ ਗੱਲ ਕਰਦੇ ਸੀ ਫਿਰ ਭਾਜੀ ਕਹਿੰਦੇ ਪੁੱਤ ਜਦੋਂ ਘਰੋਂ ਤੁਰ ਪਏ ਇਹ ਨਹੀਂ ਕਹਿਣਾ ਵੀ ਅਸੀਂ ਜਿੱਤਣ ਚੱਲੇ ਹਾਂ ਅੱਛਾ ਇਹ ਕਹਿਣਾ ਵੀ ਅਸੀਂ ਸਿੱਖਣ ਚੱਲੇ ਹਾਂ ਪੁੱਤ ਕੌਡੀ ਤਾਂ ਕਿੰਨਾ ਟਾਈਮ ਖੇਡ ਲਓਗੇ 2 ਸਾਲ 3 ਸਾਲ 4 ਸਾਲ ਖੇਡ ਲਓਗੇ ਤੇ ਜ਼ਿੰਦਗੀ ਤਾਂ ਬਹੁਤ ਲੰਬੀ ਆ ਇੱਥੋਂ ਸਿੱਖ ਕੇ ਜਾਓ ਵੀ ਸਿੱਖ ਕੇ ਜਾਓ ਵੀ ਜ਼ਿੰਦਗੀ 'ਚ ਕਿਵੇਂ ਜਾਣਾ ਵਾ ਭਾਜੀ ਉਸ ਦਿਨ ਤੋਂ ਉਹਨਾਂ ਦੀ ਗੱਲ ਮੈਨੂੰ ਕਾਫੀ ਸਾਲ ਹੋ ਗਏ ਉਹਨੇ ਮੈਨੂੰ ਸਾਲ ਦਾ ਨਹੀਂ ਪਤਾ ਗਾ ਭਾਜੀ ਲੜ ਨਾਲ ਬੰਨੀ ਹੋਈ ਆ ਘੁੱਟ ਕੇ ਕੋਚ ਸਾਹਿਬ ਨੇ ਕਿਹਾ ਜਦੋਂ ਆਪਾਂ ਨੂੰ ਵੀ ਭਾਜੀ ਚਾਹੀਦਾ ਜਦੋਂ ਘਰੋਂ ਨਿਕਲ ਕੇ ਬੂਹੇ 'ਚੋਂ ਦਿਮਾਗ 'ਚ ਇਹ ਚੀਜ਼ ਸੋਚ ਕੇ ਚਲੋ ਵੀ ਨਵੀਂ ਚੀਜ਼ ਸਿੱਖ ਕੇ ਆਈਏ ਜ਼ਿੰਦਗੀ 'ਚ ਪਤਾ ਨਹੀਂ ਕਿੱਥੇ ਕੰਮ ਆ ਜਾਣੀ ਹੈ ਡਰਾਈਵਿੰਗ ਕਰਦੇ ਹਾਂ ਨਿਕਲ ਗਏ ਘਰੋਂ ਹਰੇਕ ਚੀਜ਼ ਨੂੰ ਸਿੱਖਣ ਦੀ ਕੋਸ਼ਿਸ਼ ਕਰੋ ਬਰਾੜ ਸਾਹਿਬ ਦੀ ਇਹ ਗੱਲ ਮੈਂ ਪੱਲੇ ਨਾਲ ਬੰਨੀ ਹੋਈ ਆ ਵੀ ਸਿੱਖ ਕੇ ਆਓ ਡੇਲੀ ਸਿੱਖ ਕੇ ਆਓ ਕੁਛ ਨਾ ਕੁਛ ਨਵਾਂ ਜ਼ਿੰਦਗੀ ਜਿਉਣੀ ਆ ਤਾਂ ਖਣੀ ਤਾਂ ਭਾਜੀ ਵਾਹਿਗੁਰੂ ਨੇ ਤਾਂ ਹੀ ਇੰਨਾ ਹੌਸਲਾ ਬਖਸ਼ਿਆ ਵਾ ਯਾਰ ਤੁਸੀਂ ਦੇਖ ਲਓ ਜਿਹੜੇ ਪਲੇਅਰ ਨੇ ਉਹਨਾਂ ਦੀ ਸੰਗਤ ਕੀਤੀ ਹੋਊਗੀ ਕੋਈ 4 ਸਾਲ 5 ਸਾਲ 7 ਸਾਲ ਭਾਜੀ ਉਹ ਤਾਂ ਸਮਝ ਲਓ ਵੀ ਕਿਸੇ ਗੁਰੂ ਦੇ ਹੀ ਲੜ ਲੱਗ ਗਿਆ ਜਿਹੜਾ ਬਰਾੜ ਸਾਹਿਬ ਦੇ ਲੜ ਲੱਗ ਗਏ ਸਾਰੇ ਪਲੇਅਰ ਹੈ ਵੀ ਸੈੱਟ ਆ ਭਾਜੀ ਜਿਹੜੇ ਉਹਨਾਂ ਦੇ ਲੜ ਲੱਗੇ ਉਹਨਾਂ ਨਾਲ ਖੇਡੇ ਉਹਨਾਂ ਦੀ ਅਕੈਡਮੀ 'ਚ ਖੇਡੇ ਆ ਆਪਣੇ ਤੁਹਾਨੂੰ ਕਿਸੇ ਪਲੇਅਰਾਂ ਦਾ ਪਤਾ ਇੱਦਾਂ ਨਾਮ ਵਗੈਰਾ ਭਾਜੀ ਬਾਈ ਬਗੀਚਾ ਖੇਡਦਾ ਜੀ ਬਾਈ ਅਮਰੂ ਬਾਈ ਤਾਰ ਲੰਡੇ ਦੀਪਾ ਲੰਡੇ ਲੰਡਿਆਂ ਵਾਲੇ ਵਰਿੰਦਰ ਹੋਣੀ ਵਰਿੰਦਰ ਰੇਡਰ ਸੀਗਾ ਦੂਜਾ ਰੇਡਰ ਸੀ ਉਹਦਾ ਮੈਨੂੰ ਨਾਂ ਨਹੀਂ ਹੁਣ ਚੇਤਾ ਆਉਂਦਾ ਅਤੇ ਹੋਰ ਭਾਜੀ ਸੁਖਬੀਰ ਬਾਈ ਸੁਖਬੀਰ ਸਰਾਵਾਂ ਅਤੇ ਹੋਰ ਭਾਜੀ ਬਹੁਤ ਪਲੇ ਭੀਮ ਮਾਣੂ ਕੇ ਬਹੁਤ ਨਾਈਸ ਬੰਦਾ ਅਤੇ ਉਹ ਖੇਡੇ ਆ ਅਤੇ ਹੋਰ ਭਾਜੀ ਬਹੁਤ ਪਲੇਅਰ ਖੇਡੇ ਉਹਨਾਂ ਦੇ ਹੁਣ ਮੈਨੂੰ ਸਾਰਿਆਂ ਦਾ ਨਹੀਂ ਚੇਤਾ ਰੇਸ਼ਮ ਉਸਤਾਦ ਜਿਨ੍ਹਾਂ ਨੇ ਅਕੈਡਮੀ ਦੀ ਸ਼ੁਰੂਆਤ ਕੀਤੀ ਅਤੇ ਉਹ ਖੇਡੇ ਆ ਭਾਜੀ ਹੋਰ ਵੀ ਬਹੁਤ ਪਲੇਅਰ ਖੇਡੇ ਨਾਮਵਾਰ ਪਲੇਅਰ ਜਿੰਨੇ ਵੀ ਪੱਤੋ 'ਚ ਖੇਡੇ ਆ ਅੱਛਾ ਹਾਂਜੀ ਚਲੋ ਠੀਕ ਆ ਰੂਪੇ ਭਾਜੀ ਹਾਂਜੀ ਭਾਜੀ ਮਿਹਰਬਾਨੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਹਾਡੇ ਵੀ ਭਾਜੀ ਕੋਈ ਗਲਤੀ ਫਲਤੀ ਹੋ ਗਈ ਹੋਵੇ ਤਾਂ ਮਾਫ਼ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦਾ ਅਤੇ ਮੋਗੇ ਜ਼ਿਲ੍ਹੇ ਦਾ ਬਹੁਤ ਹੀ ਹੋਣਹਾਰ ਪਲੇਅਰ ਜਗਰੂਪ ਸਿੰਘ ਰੂਪਾ ਪਿੰਡ ਇੰਦਰਗੜ੍ਹ ਜਿਹਦੇ ਅਸੀਂ ਸਨਮਾਨ ਦੇ ਵਿੱਚ ਅੱਜ ਸਾਰੇ ਸੀਨੀਅਰ ਅਤੇ ਜੂਨੀਅਰ ਕਬੱਡੀ ਖਿਡਾਰੀ ਇਕੱਤਰ ਹੋਏ ਹਾਂ ਅਤੇ ਮੈਂ ਇਸ ਖਿਡਾਰੀ ਦੀਆਂ ਕੁਝ ਪ੍ਰਾਪਤੀਆਂ ਦੱਸੂੰਗਾ ਵੀ ਇਹਨੇ ਬਹੁਤ ਹੀ ਸਾਫ਼ ਸੁਥਰੀ ਕਬੱਡੀ ਖੇਡੀ 57 ਕਿੱਲੋ 62 ਕਿੱਲੋ ਅੱਜ ਉਹ ਖਿਡਾਰੀ ਸਾਡੇ ਵਿਚਕਾਰ ਨਹੀਂ ਗਾ ਰੇਸ਼ਮ ਇੰਦਗੜ੍ਹ ਉਹਦੇ ਨਾਲ ਇਹਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੇ ਮਸ਼ਹੂਰ ਮੇਲੇ ਜਿਹੜੇ ਇਹਨਾਂ ਨੇ ਰਲ ਕੇ ਜਿੱਤੇ
ਉਸ ਤੋਂ ਬਾਅਦ ਇਹਨੇ ਓਪਨ ਦੇ ਵਿੱਚ ਐਂਟਰੀ ਕੀਤੀ ਅਤੇ ਓਪਨ ਦੇ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਇਸ ਖਿਡਾਰੀ ਨੇ ਕੀਤਾ। ਮੈਨੂੰ ਅੱਜ ਵੀ ਯਾਦ ਆ ਵੀ 2010 ਦੀ ਗੱਲ ਆ, 11 ਦੀ, ਇਹਨਾਂ ਨੇ 62 ਟੂਰਨਾਮੈਂਟ ਖੇਡੇ ਅਤੇ 62 ਦੇ ਵਿੱਚੋਂ 61 ਟੂਰਨਾਮੈਂਟ ਜਿਹੜੇ ਫਾਸਟ ਸੀਗੇ ਅਤੇ 1 ਟੂਰਨਾਮੈਂਟ ਸੈਂਕਡ ਸੀ ਅਤੇ ਬਹੁਤ ਵਧੀਆ ਇਹ ਟੀਮ ਨੇ ਪ੍ਰਦਰਸ਼ਨ ਕੀਤਾ। ਅਤੇ ਸਾਡੇ ਵੀਰ ਪਿੰਦਰ ਰਾਏ ਕਨੇਡਾ, ਉਹਦੀ ਇੱਕ ਸੋਚ ਸੀ ਵੀ ਮੈਂ ਇਸ ਖਿਡਾਰੀ ਨੂੰ ਸਨਮਾਨ ਕਰਨਾ ਕਿਉਂਕਿ ਇਹ ਬਹੁਤ ਗਰੀਬੀ ਦੇ ਵਿੱਚ ਉੱਠਿਆ ਹੋਇਆ ਖਿਡਾਰੀ ਆ ਅਤੇ ਅੱਜ ਇੱਕ ਸਕੂਲ ਦੇ ਵਿੱਚ ਇਹ ਬਤੌਰ ਬੱਸ ਚਲਾਉਂਦਾ ਅਤੇ ਡਰਾਈਵਿੰਗ ਕਰਦਾ ਅਤੇ 7,000 ਰੁਪਈਆ ਤਨਖਾਹ। ਇਹਦੀ ਇੱਕ ਇੰਟਰਵਿਊ ਵੀ ਸਾਡੇ ਵੀਰ ਨੇ ਕਰਾਈ ਹੈ ਅਤੇ ਉਹਦੇ ਮਨ 'ਚ ਤਮੰਨਾ ਸੀ ਵੀ ਮੈਂ ਇਹਦਾ ਸਨਮਾਨ ਕਰਾਂ ਅਤੇ ਅੱਜ ਇਸ ਵੀਰ ਦਾ 1 ਕੱਪ ਅਤੇ 31,000 ਦੀ ਨਗਦ ਰਾਸ਼ੀ ਦੇ ਕੇ ਜਿਹੜਾ ਸਨਮਾਨ ਕਰਨਾ। ਅਤੇ ਇਸ ਸਨਮਾਨ ਦੇ ਵਿੱਚ ਸਾਡੇ ਸੀਨੀਅਰ ਕਬੱਡੀ ਖਿਡਾਰੀ ਸੇਮਾ ਇੰਦਗੜ ਜੀ ਅਤੇ ਤਾਰੀ ਕਬੱਡੀ ਖਿਡਾਰੀ, ਨੀਲਾ ਕਬੱਡੀ ਖਿਡਾਰੀ ਅਤੇ ਬਾਬਾ ਗੁਰਪ੍ਰੀਤ ਸਿੰਘ ਜੀ ਖਾਲਸਾ ਅਤੇ ਸੰਤਾ ਕਬੱਡੀ ਖਿਡਾਰੀ, ਚਰਨਾ ਕਬੱਡੀ ਖਿਡਾਰੀ, ਗਿੱਲ ਕਬੱਡੀ ਖਿਡਾਰੀ ਅਤੇ ਸਾਡੇ ਬੀ ਡੀ ਓ ਸਾਹਿਬ ਕੁਲਦੀਪ ਸਿੰਘ ਜੀ ਬੀ ਡੀ ਓ, ਉਹ ਵੀ ਸਾਡੇ ਵਿਚਕਾਰ ਆਏ ਹੋਏ ਆ ਅਤੇ ਸੰਦੀਪ ਕਬੱਡੀ ਖਿਡਾਰੀ। ਅਤੇ ਜੇ ਕਿਸੇ ਦਾ ਨਾਮ ਮੇਰੇ ਵੱਲੋਂ ਰਹਿ ਗਿਆ ਹੋਵੇ ਤਾਂ ਮੈਂ ਉਹ ਮਾਫੀ ਚਾਹੂੰਗਾ। ਅਤੇ ਅਸੀਂ ਇਸ ਵੀਰ ਦਾ ਸਨਮਾਨ ਜਿਹੜਾ ਅੱਜ ਪਿੰਦਰ ਰਾਏ ਨੇ 31,000 ਦੀ ਨਗਦ ਰਾਸ਼ੀ ਦੇ ਕੇ ਕਰਨਾ, ਅਸੀਂ ਤਾੜੀਆਂ ਮਾਰ ਕੇ ਪਿੰਦਰ ਰਾਏ ਦਾ ਅਤੇ ਇਸ ਵੀਰ ਦਾ ਸਵਾਗਤ ਕਰਦੇ ਹਾਂ ਵੀ ਇੱਕ ਬਹੁਤ ਵਧੀਆ ਸੋਚ, ਸ਼ਲਾਘਾਯੋਗ ਸੋਚ ਵੀ ਜਿਹੜਾ ਇਸ ਵੀਰ ਦਾ ਸਨਮਾਨ ਕੀਤਾ। ਇਹ ਸਨਮਾਨ ਦੀ ਇਹਨੂੰ ਬਹੁਤ ਅੱਜ ਲੋੜ ਸੀ। ਜਿੰਨਾ ਟਾਈਮਾਂ 'ਚ ਇਹਨਾਂ ਨੇ ਕਬੱਡੀ ਖੇਡੀ ਉਹਨਾਂ ਟਾਈਮਾਂ 'ਚ ਸਨਮਾਨ ਵੀ ਬਹੁਤ ਘੱਟ ਸੀ। ਅੱਜ ਤਾਂ ਨਿੱਤ ਮੋਟਰਸਾਈਕਲ, ਗੱਡੀਆਂ, ਟਰੈਕਟਰ, ਜੀਪਾਂ ਇਨਾਮ ਵਜੋਂ ਹੁੰਦੇ ਆ ਪਲੇਅਰਾਂ ਲਈ, ਪਰ ਉਹਨਾਂ ਟਾਈਮਾਂ 'ਚ ਇਹ ਚੀਜ਼ਾਂ ਨਹੀਂ ਸੀ ਜਦੋਂ ਇਹਨੇ ਕਬੱਡੀ ਖੇਡੀ ਆ। ਅਤੇ ਅੱਜ ਅਸੀਂ ਬਹੁਤ ਖੁਸ਼ ਹਾਂ ਵੀ ਸਾਡੇ ਸਾਥੀ ਖਿਡਾਰੀ ਦਾ ਜਿਹੜਾ ਸਨਮਾਨ ਸਾਡੇ ਵੀਰ ਪਿੰਦਰ ਰਾਏ ਸਮੂਹ ਰਾਏ ਪਰਿਵਾਰ ਲਈਓਂ 31,000 ਦੀ ਨਗਦ ਰਾਸ਼ੀ ਦੇ ਕੇ ਕੀਤਾ ਜਾ ਰਿਹਾ। ਅਤੇ ਅਸੀਂ ਰੂਪੇ ਨੂੰ ਮੁਬਾਰਕਬਾਦ ਦਿੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਲਈ ਅਸੀਂ ਸ਼ੁਭ ਦੁਆਵਾਂ ਕਰਦੇ ਵੀ ਹੋਰ ਵੀ ਤੇਰੇ ਜਿਹੜੇ ਸਨਮਾਨ ਉਹ ਪਿੰਡਾਂ ਦੇ ਵਿੱਚ ਹੋਣ। ਅੱਜ ਕੱਲ੍ਹ ਇਹ ਖਿਡਾਰੀਆਂ ਨੂੰ ਕੋਚਿੰਗ ਵੀ ਦੇ ਰਿਹਾ ਕਿਉਂਕਿ ਕੋਚਿੰਗ ਵੀ ਉਹੀ ਪਲੇਅਰ ਦੇ ਸਕਦਾ ਜਿਹਨੇ ਆਪ ਕਬੱਡੀ ਖੇਡੀ ਹੋਵੇ। ਅੱਜ ਕਬੱਡੀ ਅਸੀਂ ਦੇਖੀ ਦੀ ਹੈ, ਜਿਨ੍ਹਾਂ ਨੂੰ ਕਬੱਡੀ ਦੇ ਲੱਲੇ ਪੱਬੇ ਦਾ ਨਹੀਂ ਪਤਾ ਉਹ ਕਬੱਡੀ ਦੇ ਵੱਡੇ ਵੱਡੇ ਕੋਚ ਬਣੇ ਫਿਰਦੇ ਆ, ਪਰ ਇਹੋ ਜਿਹੇ ਮੁੰਡਿਆਂ ਦੀ ਅੱਜ ਕਬੱਡੀ ਨੂੰ ਲੋੜ ਹੈ ਅਤੇ ਕਬੱਡੀ ਨੂੰ ਕੋਚਿੰਗ ਦੀ ਲੋੜ ਹੈ। ਔਰ ਅਸੀਂ ਸਾਰੇ ਹੀ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਕਿਸੇ ਨੇ ਵੀ ਆਪਦੇ ਪਿੰਡਾਂ ਦੇ ਵਿੱਚ ਕੋਈ ਕੈਂਪ ਲਵਾਉਣਾ, ਰੂਪੇ ਵਰਗੇ ਜਿਹੜੇ ਪਲੇਅਰ ਆ ਇਹਨਾਂ ਨੂੰ ਉੱਥੇ ਕੋਚਿੰਗ ਦਾ ਮੌਕਾ ਦਿਓ। ਤੁਹਾਡੇ ਪਿੰਡਾਂ ਦੇ ਵਿੱਚ ਇੱਕ ਵਧੀਆ ਖਿਡਾਰੀ ਜਿਹੜੇ ਉੱਭਰਨਗੇ ਅਤੇ ਪਿੰਡਾਂ ਦੇ ਵਿੱਚ ਇੱਕ ਵਧੀਆ ਖੇਡ ਹੋਊਗੀ। ਔਰ ਇੰਨਾ ਬੋਲ ਕੇ ਮੈਂ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇੱਧਰ ਆ ਜਾਓ ਆਂਟੀ, ਇੱਥੇ ਆ ਜਾਓ। ਅੱਛਾ ਅਕਲ ਗਏ। ਬੋਲੇ ਸੋ ਨਿਹਾਲ ਸਿਆ ਕਾਲ।
ਸਭ ਤੋਂ ਪਹਿਲਾਂ ਮੈਂ ਮੇਰਾ ਵੀਰ ਪਿੰਦਰ ਰਾਏ ਕਨੇਡਾ ਅਤੇ ਸਮੂਹ ਰਾਏ ਪਰਿਵਾਰ ਦਾ ਦਿਲਾਂ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ। ਬਾਕੀ ਜਿੰਨੇ ਵੀ ਮੇਰੇ ਵੀਰ ਸੀਨੀਅਰ ਕਬੱਡੀ ਖਿਡਾਰੀ ਅਤੇ ਦੂਜੇ ਪਲੇਅਰਾਂ ਦਾ ਜੋ ਵੀ ਸੀਨੀਅਰ ਜੂਨੀਅਰ ਪਲੇਅਰ ਮੇਰੇ ਆਏ ਆ ਮੇਰੇ ਸੰਯੋਗ ਵਿੱਚ ਸਨਮਾਨ ਵਿੱਚ, ਮੈਂ ਸਾਰਿਆਂ ਦਾ ਆਉਣ 'ਤੇ ਧੰਨਵਾਦ ਕਰਦਾ ਜੀ। ਥੈਂਕ ਯੂ, ਬਹੁਤ ਮਿਹਰਬਾਨੀ।